ਚਲੋ ਕੇਸ ਨੇ ਸਾਡੀ ਜ਼ਿੰਦਗੀ ਕਾਫੀ ਬਦਲੀ ਹੈ ਨਾ ਵੀ ਮੈਂ ਚਲੋ ਸਾਡਾ ਹੀ ਟਾਈਮ ਮੈਂ ਕਹਿੰਦੀ ਵੀ ਸਾਡਾ ਹੀ ਟਾਈਮ ਮਾੜਾ ਸੀਗਾ ਦੋਨਾਂ ਦਾ ਨਾ ਵੀ ਜਦੋਂ ਇਹਨਾਂ ਦੀ ਡੈਥ ਹੋਈ ਆ ਉਸ ਤੋਂ ਬਾਅਦ ਕਹਿੰਦੇ ਵੀ ਤੁਸੀਂ ਨਾ ਡੈਥ ਸਰਟੀਫਿਕੇਟ ਦੇ ਕੇ ਜਾਓ ਵੀ ਇਹਨਾਂ ਦਾ ਨਾਮ ਕੱਟ ਦਿੰਦੇ ਹਾਂ ਮੈਂ ਕਹਿੰਦੀ ਕਿ ਤੁਸੀਂ ਜਿੰਦੇ ਹੀ ਉਹਨਾਂ ਦਾ ਨਾਮ ਕੱਟ ਦਿੰਦੇ ਇਹਨਾਂ ਨੂੰ ਟੈਨਸ਼ਨ ਹੋ ਗਈ ਕਹਿੰਦੇ ਮੇਰੀ ਬੇਟੀ ਨੇ ਕੱਲ੍ਹ ਜਵਾਨ ਹੋਣਾ ਹੈ ਕਹਿੰਦੇ ਕਹਿਣਗੇ ਵੀ ਐਵੇਂ ਦਾ ਕੇਸ ਪੈ ਗਿਆ ਮੈਂ ਉਹ ਇਹਨਾਂ ਨੂੰ ਪਿਓ ਕਹਿੰਦੇ ਸੀ ਵੀ ਤੂੰ ਮੇਰੇ ਪਿਓਵਾਂ ਵਰਗਾ ਹੈ ਮੰਗੇ ਕਹਿੰਦੇ ਤੂੰ ਮੇਰੇ ਬਾਈਆਂ ਵਰਗਾ ਹੈ ਅਤੇ ਉਹੀ ਕੁੜੀ ਫਿਰ ਤੁਹਾਡੇ 'ਤੇ ਇਲਜ਼ਾਮ ਲਾ ਰਹੀ ਹੈ ਇਹ ਗਲਤ ਜਦੋਂ ਮੈਨੂੰ ਪਹਿਲੇ ਦਿਨ ਇਹਨਾਂ ਨੇ ਦੱਸ ਦਿੱਤਾ ਸੀਗਾ ਆ ਕੇ ਵੀ ਆਹ ਗੱਲ ਹੋ ਗਈ ਵੀ ਉਹ ਕੁੜੀ ਨੇ ਸਾਡੇ 'ਤੇ ਕੇਸ ਪਾ ਦਿੱਤੇ ਮੈਂ ਕਿਹਾ ਠੀਕ ਹੈ ਕੋਈ ਗੱਲ ਨਹੀਂ ਮੈਨੂੰ ਤੁਸੀਂ ਇਹ ਵੀ ਦੱਸਦੇ ਸੀਗੇ ਆਫ ਦਾ ਕੈਮਰਾ ਵੀ ਤੁਹਾਡੇ ਪੈਰਾਂ 'ਚ ਵੀ ਕਾਲੀ ਬੈਠ ਕੇ ਮੰਗੇ ਨੇ ਸਾਰੀਆਂ ਗੱਲਾਂ ਦਾ ਗਿਲਾ ਕੀਤਾ ਦੁੱਖ ਮਨਾਇਆ ਜਦੋਂ ਕਹਿੰਦਾ ਜਦੋਂ ਤੁਹਾਡੇ ਨਾਲ ਕਿਸੇ ਕੁੜੀ ਨੇ ਵੀ ਕੰਮ ਕਰਨਾ ਅਤੇ ਲੋਕ ਜੋੜਦੇ ਨਾਲ ਜੋੜਦੇ ਅਤੇ ਉਹਨੇ ਇੱਕ ਕੁੜੀ ਨੇ ਤਾਂ ਉਹਨੇ ਉੱਠਾ ਹੀ ਪਾਇਆ ਸੀਗਾ ਪਤਾ ਸੀਗਾ ਸਾਰਿਆਂ ਨੂੰ ਉਸ ਚੀਜ਼ ਦਾ ਲੋਸ ਤਾਂ ਗਹਿਣਾ ਗੱਟਾ ਸਾਰਾ ਚਲਾ ਗਿਆ ਮੇਰਾ ਬਹੁਤ ਗਹਿਣਾ ਬਣਾਇਆ ਸੀਗਾ ਸਾਰੇ ਹਾਂਜੀ ਜਾਣਾ ਹੀ ਸੀਗਾ ਫਿਰ ਗਾਣੇ ਵੀ ਚਲੇ ਗਏ ਚਲੋ ਪਲਾਟ ਲਿਆ ਸੀਗਾ ਦਿਨ ਪਹਿਲਾਂ ਅਸੀਂ ਰੋਟੀ ਵੀ ਖਾਧੀ ਇਕੱਠਿਆਂ ਨੇ ਕਹਿੰਦੇ ਅੱਜ ਖਾ ਲਿਆ ਕਹਿੰਦੇ ਪਤਾ ਨਹੀਂ ਦੁਬਾਰੇ ਮਿਲਣਾ ਕਿ ਨਹੀਂ ਮਿਲਣਾ ਜੇ ਮੈਂ ਹੋਸਟ ਹੁੰਦੀ ਮੈਂ ਚੰਗੀ ਭੁੱਲੀ ਹੁੰਦੀ ਜਿਵੇਂ ਇਹ ਚਲੇ ਗਏ ਸੀ ਨਾ ਮੈਂ ਇਹਨਾਂ ਦਾ ਵਿਛੋੜਾ ਮੈਂ ਝੱਲ ਨਹੀਂ ਸੀ ਸਕਦੀ ਹੁਣ ਬੇਟੀ ਵੱਡੀ ਹੋ ਗਈ ਨਾ ਬਹੁਤ ਫੀਲ ਪਾਪਾ ਨੂੰ ਬਹੁਤ ਮਿਸ ਕਰਦੀ ਹੈ ਵੱਡੀ ਵਾਲੀ ਵੱਡੀ ਹੋ ਗਈ ਨਾ ਅਤੇ ਉਹ ਵੀ ਮੇਰਾ ਵੀ ਹੈਗਾ ਵੀ ਅੱਜ ਜਦੋਂ ਫਾਦਰ ਹੈ ਨਹੀਂ ਉਹਨਾਂ ਦੀਆਂ ਤਸਵੀਰਾਂ ਵੇਖਦੇ ਹੋ ਮੈਂ ਤੁਹਾਡੀ ਫੋਟੋ ਦੇਖੀ ਹੈ ਤਾਂ ਮਨ ਭਰਿਆ ਆਉਂਦਾ ਫਿਰ ਉਦੋਂ ਸਰ ਇਮੋਸ਼ਨਲ ਹੁੰਦੇ ਹੋ ਅੱਜ ਕਿਸੇ ਚੀਜ਼ ਦੀ ਤੰਗੀ ਤੁਰਸ਼ੀ ਮਹਿਸੂਸ ਕਰਦੇ ਹੋ ਜ਼ਿੰਦਗੀ ਦੇ ਵਿੱਚ ਕਿ ਜੇ ਪਾਪਾ ਹੁੰਦੇ ਤਾਂ ਜ਼ਿੰਦਗੀ ਆਸਾਨ ਹੁੰਦੀ ਸੌਖੀ ਹੁੰਦੀ ਜੇ ਕਿਤੇ ਪਾਪਾ ਹੁੰਦੇ ਤਾਂ ਅਸੀਂ ਠੀਕ ਰਹਿਣਾ ਸੀਗਾ ਵੀ ਕਿਤੇ ਚੰਗੀ ਜਗ੍ਹਾ ਬੈਠੇ ਹੁੰਦੇ ਮੰਮਾ ਨੂੰ ਕੰਮ ਨਾ ਕਰਨਾ ਪੈਂਦਾ ਇਹ ਗੱਲ ਵੀ ਸੋਸ਼ਲ ਮੀਡੀਆ 'ਤੇ ਅਕਸਰ ਹੁੰਦੀ ਰਹਿੰਦੀ ਹੈ ਵੀ ਸਿੱਧੂ ਮੂਸੇਵਾਲੇ ਨੇ ਵੀ ਇਸ ਪਰਿਵਾਰ ਦੀ ਮਦਦ ਕਰੀ ਹੈ ਇਹਨਾਂ ਬੇਟੀਆਂ ਨੇ ਇਹ ਗੱਲ ਕਰੀ ਕਹਿੰਦੇ ਵੀ ਮੰਗੀ ਦੀ ਵਾਪਸ ਤੋਂ ਪੈਸੇ ਲੈ ਕੇ ਗਈ ਕਿਸੇ ਨੇ ਕਿਸੇ ਨੂੰ ਕੋਈ ਲੇਡੀ ਹੋਰ ਹੀ ਲੈ ਗਈ ਮੇਰਾ ਨਾਮ ਲੈ ਕੇ ਅਤੇ ਉਹ ਮੈਨੂੰ ਪਤਾ ਵੀ ਇਹ ਵੀ ਕੌਣ ਲੈ ਕੇ ਆਈ ਹੈ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਅਤੇ ਮੈਂ ਹਾਂ ਦੀਪ ਸੰਦੀਪ ਸਿਆਣੇ ਕਹਿੰਦੇ ਨੇ ਜੱਗ ਜਿਉਂਦਿਆਂ ਦੇ ਮੇਲੇ ਨੇ ਜਦੋਂ ਕੋਈ ਕਲਾਕਾਰ ਜਿਉਂਦਾ ਹੁੰਦਾ ਹੈ ਤਾਂ ਪੰਜ ਕੁ ਜਣੇ ਆ ਜਾਂਦੇ ਨੇ ਅਤੇ ਪੰਜ ਤੁਰ ਜਾਂਦੇ ਨੇ ਕਲਾਕਾਰਾਂ ਦੀ ਜ਼ਿੰਦਗੀ ਦੇ ਵਿੱਚ ਮੇਲਾ ਲੱਗਿਆ ਰਹਿੰਦਾ ਪਰ ਜਦੋਂ ਕਲਾਕਾਰ ਇਸ ਦੁਨੀਆ ਤੋਂ ਤੁਰ ਜਾਂਦਾ ਹੈ ਚਲਾ ਜਾਂਦਾ ਹੈ ਤਾਂ ਫਿਰ ਉਸਦੇ ਪਰਿਵਾਰ ਨੂੰ ਜਿਹੜੀਆਂ ਤੰਗੀਆਂ ਤੁਰਸ਼ੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਉਹ ਬੜਾ ਔਖਾ ਵਕਤ ਹੁੰਦਾ ਹੈ ਅੱਜ ਮਨਿੰਦਰ ਮੰਗਾ ਦੇ ਪਰਿਵਾਰ ਦੇ ਨਾਲ ਗੱਲਬਾਤ ਕਰਨੀ ਹੈ ਉਹਨਾਂ ਦੀ ਵਾਈਫ ਨੇ ਦੋ ਬੇਟੀਆਂ ਨੇ ਮਨਿੰਦਰ ਮੰਗਾ ਉਹ ਕਲਾਕਾਰ ਹੈ ਜਿਸ ਦਾ ਗੀਤ ਜਿਪਸੀ ਚਾਦਰਾਂ ਪੂਣੀਆਂ ਸਭ ਨੂੰ ਲੋਕਾਂ ਨੇ ਮਨਾਮੁਖੀ ਪਿਆਰ ਦਿੱਤਾ ਹੈ ਪਰਿਵਾਰ ਕਿਹੜੇ ਹਾਲਾਤਾਂ ਦੇ ਵਿੱਚੋਂ ਗੁਜ਼ਰਿਆ ਸਾਰੀ ਗੱਲਬਾਤ ਕਰਨੀ ਹੈ ਭੈਣੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜ਼ਿੰਦਗੀ ਭੈਣੇ ਕਿਵੇਂ ਚੱਲਦੀ ਜੀ ਜ਼ਿੰਦਗੀ ਚੱਲੀ ਜਾਂਦੀ ਹੈ ਠੀਕ ਚੱਲ ਰਹੀ ਆ ਮਨਿੰਦਰ ਮੰਗਾ ਇੱਕ ਉਹ ਨਾਮ ਜਿਹਦਾ ਜ਼ਿਕਰ ਕਰਦੇ ਅੱਜ ਵੀ ਉਹਨਾਂ ਦੇ ਗੀਤ ਸਾਡੇ ਦਿਮਾਗਾਂ 'ਚ ਗੂੰਜਣ ਲੱਗ ਪੈਂਦੇ ਨੇ ਅਸੀਂ ਜਦੋਂ ਗੱਡੀ ਦੇ ਵਿੱਚ ਵੀ ਆਏ ਹਾਂ ਨਾ ਤਾਂ ਉਹਨਾਂ ਦੇ ਗੀਤ ਸੁਣਦੇ ਆਏ ਹਾਂ ਜੀ ਉਹਨਾਂ ਦੇ ਗੀਤਾਂ ਦੇ ਵਿੱਚ ਇੱਕ ਵੱਖਰੀ ਰਵਾਨਗੀ ਸੀ ਨਹੀਂ ਹੈਗੀ ਸੀਗੀ ਬਿਲਕੁਲ ਕਸ਼ਿਸ਼ ਸੀ ਉਹਨਾਂ ਦੀ ਆਵਾਜ਼ 'ਚ ਹੈ ਨਾ ਮੈਂ ਅੱਗੇ ਵੀ ਹਮੇਸ਼ਾ ਮੈਨੂੰ ਕੋਈ ਪੁੱਛਦੇ ਆ ਨਾ ਫਿਰ ਮੈਂ ਕਹਿੰਦੀ ਵੀ ਤੁਸੀਂ ਕਹੋਗੇ ਵੀ ਹਾਂ ਇਹਦਾ ਹਸਬੈਂਡ ਹੈ ਇਹ ਤਾਂ ਤਾਰੀਫ ਕਰਦੀ ਹੈ ਉਹਨਾਂ ਦੀ ਆਵਾਜ਼ 'ਚ ਵਾਕਈ ਹੀ ਕਸ਼ਿਸ਼ ਸੀਗੀ ਇੱਕ ਨਾ ਮੇਰੀ ਬੇਟੀ ਨੂੰ ਵੀ ਵੱਡੀ ਨੂੰ ਪਤਾ ਕਹਿੰਦੀ ਮੰਮਾ ਵਾਕਈ ਵੀ ਡੈਡੀ ਦੇ ਜਦੋਂ ਡੈਡੀ ਗਾਉਂਦੇ ਨਾ ਹੁਣ ਵੀ ਅਸੀਂ ਸੁਣਦੇ ਹਾਂ ਵੀ ਇਹ ਨਹੀਂ ਕੁਛ ਹੁੰਦਾ ਵੀ ਸੁਣੀ ਜਾਈਏ ਸੁਣੀ ਜਾਈਏ ਨਾ ਵੀ ਵੱਖਰੀ ਸੀਗੇ ਕੁਛ ਆਵਾਜ਼ 'ਚ ਹੈ ਨਾ ਉਹ ਰਿਆਜ਼ ਝਲਕਦਾ ਸੀ ਬਿਲਕੁਲ ਬਹੁਤ ਰਿਆਜ਼ ਤੁਹਾਡੀਆਂ ਵਰਗੀ ਆਵਾਜ਼ ਸੀ ਜਿਵੇਂ ਜੀ 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 ਉਹ ਕਰ ਰਹੇ ਵੀ ਹੈ ਤੁਹਾਡੀਆਂ ਨਾਲ ਕਿ ਨਹੀਂ 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 ਮੈਨੂੰ ਇਹਨਾਂ ਚੀਜ਼ਾਂ ਦਾ ਨਹੀਂ ਖੈਰ ਤੁਹਾਡੇ ਨਾਲ ਰਹੇ ਨਾ ਮੈਨੂੰ ਇਹ ਚੀਜ਼ ਨਹੀਂ ਪਤਾ ਬਟ ਉਹਨਾਂ ਨੇ ਉਹਨਾਂ ਦੇ ਪਿੰਡ ਨਾ ਰਾਮਲੀਲਾ ਹੁੰਦੀ ਸੀਗੀ ਮੇਰੀ ਸੌਰੀ ਅਤੇ ਰਾਮਲੀਲਾ ਤੋਂ ਹੀ ਉਹਨਾਂ ਨੇ ਆਪਣਾ ਕਰੀਅਰ ਸਟਾਰਟ ਕੀਤਾ ਅਤੇ ਉੱਥੇ ਉਹ ਡਾਇਲੋਗ ਜਿਹੜੇ ਬੋਲਦੇ ਆ ਫਿਰ ਉਹ ਬੋਲਦੇ ਸੀਗੇ ਉਹ ਅਤੇ ਭਾਰਤ ਜਿਹੜੇ ਰਾਮ ਜੀ ਦੇ ਬ੍ਰਦਰ ਹੈ ਅਤੇ ਉਹਨਾਂ ਦਾ ਰੋਲ ਕੀਤਾ ਹੁੰਦਾ ਸੀ ਅਤੇ ਗਾਉਂਦੇ ਵੀ ਸੀਗੇ ਤੁਹਾਨੂੰ ਪਤਾ ਰਾਮਲੀਲਾ 'ਚ ਗਾਉਂਦੇ ਵੀ ਆ ਫਿਰ ਲਾਈਨਾਂ ਬੋਲਦੇ ਆ ਸਾਰੇ ਇਹਨਾਂ ਦੇ ਹੀ ਮਤਲਬ ਸੀਗਾ ਬਹੁਤ ਵਧੀਆ ਨਿਭਾਉਂਦੇ ਹੁੰਦੇ ਸੀਗੇ ਮੈਨੂੰ ਦੱਸਦੇ ਆਪ ਵੀ ਦੱਸਦੇ ਸੀਗੇ ਅਤੇ ਮੈਨੂੰ ਚਲੋ ਇਹਨਾਂ ਦੇ ਘਰ ਵੀ ਫਾਦਰ ਸਾਹਿਬ ਵੀ ਦੱਸਦੇ ਹੁੰਦੇ ਸੀਗੇ ਇੱਕ ਔਰਤ ਦਾ ਜਦੋਂ ਪਤੀ ਦੁਨੀਆ ਤੋਂ ਚਲਾ ਜਾਂਦਾ ਜ਼ਿੰਦਗੀ ਬਹੁਤ ਔਖਾ ਕਰਦੀ ਹੈ ਕਿਉਂਕਿ ਸ਼ਾਇਦ ਲੋਕਾਂ ਲਈ ਤਾਂ ਉਹ ਕਲਾਕਾਰ ਸੀਗੇ ਪਰ ਤੁਹਾਡੇ ਲਈ ਤਾਂ ਇੱਕ ਪਤੀ ਸੀ ਜੀ ਤੁਹਾਨੂੰ ਤਾਂ ਬਹੁਤ ਤੰਗ ਕਰਦਾ ਹੁਣ ਉਹਨਾਂ ਦੇ ਜਾਣਾ ਨਹੀਂ ਤੰਗ ਤਾਂ ਖੈਰ ਕਰਦਾ ਹੀ ਹੈ ਬਿਆਨ ਕੁਛ ਚੀਜ਼ਾਂ ਚਲੋ ਜਿਵੇਂ ਜਿਵੇਂ ਦੁੱਖ ਹੈ ਮੈਂ ਬਿਆਨ ਨਹੀਂ ਕਰ ਸਕਦੀ ਉਹ ਹੈ ਨਾ ਉਹ ਚੀਜ਼ਾਂ ਮੈਂ
चलो रो भी नहीं सकती हाँ है ना, चलो हस दी, चलो हस के टाइम पास करना होंगे ना की करिए। मनिंदर मंगा की जिंदगी दे विच तुसी कदों आउणे जां तुहाडी जिंदगी च मनिंदर मंगा कदों आउंदा? असी एक शूटिंग दौरान मिले सीगे, मैं नेहरू युवा केंद्र सीगी, ठीक है, 22 सेक्टर चंडीगढ़ ते उत्थे चलो साढ़े सीगे कैमरामैन है ना, उन्होंने मैनू बुला लिया भी पम्मिक फिल्म उच्च शूट है ना भी कुड़ी का विआह होना, तो मैं कहा चलो मैं वैसे शौक सीगा। अच्छा ਵਿਆਹ ਦਾ ਸ਼ੌਂਕ ਸੀ? ਨਹੀਂ ਵਿਆਹ ਦਾ ਸ਼ੌਂਕ ਨਹੀਂ ਸੀਗਾ, ਐਕਟਿੰਗ ਦਾ ਸ਼ੌਂਕ ਸੀਗਾ ਵੀ ਮੈਂ ਐਕਟਿੰਗ ਕਰਨੀ ਹੈ ਨਾ, ਵੀ ਮੈਂ ਕਰੀਅਰ ਚਲੋ ਕਿਉਂਕਿ ਮੰਮੀ ਡੈਡੀ ਨੇ ਕਦੇ ਨਹੀਂ ਮੈਨੂੰ ਰੋਕਿਆ ਨਾ, ਵੀ ਕ੍ਰੀਏਟਿਵ ਸੀਗਾ ਮਾਇੰਡ ਵੀ ਉਹਨਾਂ ਨੂੰ ਪਤਾ ਵੀ ਸ਼ੁਰੂ ਤੋਂ ਕਰਦੀ ਚਲੋ ਚਲੇ ਗਈ, ਅਤੇ ਉੱਥੇ ਫਿਰ ਮੈਨੂੰ ਇਹ ਮਿਲੇ ਸੀਗੇ ਅਤੇ ਸਾਡੀ ਦੋਨਾਂ ਦੀ ਵੀ ਮੈਰਿਜ ਹੋਈ। ਹੀਰੋ ਦੀਆਂ ਦੋ ਸਿਸਟਰ ਦਿਖਾਉਂਦੇ ਆ ਉਹ ਸਾਨੂੰ, ਚਲੋ ਕਹਿੰਦੇ ਵੀ ਇੱਕ ਕੁੜੀ ਚਾਹੀਦੀ ਹੈ ਨਾ, ਕੈਮਰਾਮੈਨ ਸੀਗੇ ਸ਼ਰਨਜੀਤ ਸਿੰਘ ਆ ਉਹਨਾਂ ਦਾ ਨਾਮ, ਹੁਣ ਵੀ ਉਹ ਮੂਵੀ 'ਚ ਕੰਮ ਕਰਦੇ ਆ, ਠੀਕ ਹੈ, ਮੈਨੂੰ ਮਿਲੇ ਨਹੀਂ ਕਾਫੀ ਟਾਈਮ ਤੋਂ, ਅਤੇ ਸਾਡਾ ਸੀਗਾ ਉਹ ਕਹਿੰਦੇ ਵੀ ਤੂੰ ਆ ਜਾਏਂਗੀ, ਮੈਂ ਕਿਹਾ ਹਾਂਜੀ, ਅਤੇ ਮੈਨੂੰ ਮੰਮੀ ਡੈਡੀ ਨੇ ਫੋਨ ਕੀਤਾ ਮੈਂ, ਅਤੇ ਚਲੋ ਮੈਂ ਚਲੀ ਗਈ ਨਹਿਰੂ ਯੁਵਾ ਕੇਂਦਰ ਸੀਗੀ, ਅਤੇ ਕੁਛ ਸੀਗਾ ਉੱਥੇ ਫੰਕਸ਼ਨ ਸੀਗਾ, ਅਤੇ ਉੱਧਰ ਦੇ ਉੱਧਰ ਹੀ ਅਸੀਂ ਇੱਧਰ ਆ ਗਏ ਨਾ, ਮੁੰਡੀ ਖਰੜ ਸੀਗੀ ਇੱਥੇ, ਅਤੇ ਫਿਰ ਮੈਨੂੰ ਉੱਥੇ ਮਿਲੇ ਫਸਟ ਟਾਈਮ। ਅੱਛਾ ਕੀ ਗੱਲ ਹੋਈ ਉਦੋਂ ਪਹਿਲੀ ਕੀ ਗੱਲ ਹੋਈ ਫਿਰ? ਪਹਿਲੀ ਕੀ ਗੱਲ ਕਹਿੰਦੇ ਵੀ ਇਹ ਸਿੰਗਰ ਹੈ, ਮਤਲਬ ਨਾਲ ਸੀਗਾ ਇਹਦੇ ਮੁੰਡਾ ਸੀਗਾ ਕੋਈ, ਮੈਨੂੰ ਹੁਣ ਯਾਦ ਨਹੀਂ ਵੀ ਹੈ ਨਾ, ਮੇਰੇ ਦਿਮਾਗ 'ਚੋਂ ਨਿਕਲ ਸੀਗੇ ਕੋਈ ਨਾਲ, ਕਹਿੰਦੇ ਵੀ ਬਹੁਤ ਵਧੀਆ ਸਿੰਗਰ ਹੈ ਨਾ ਇੱਥੇ, ਮੈਂ ਕਿਹਾ ਚਲੋ ਹੋਊ। ਮੈਨੂੰ ਸਿਰਫ ਮੈਨੂੰ ਗੁਰਦਾਸ ਮਾਨ ਭਾਜੀ ਦਾ ਪਤਾ ਸੀਗਾ, ਮੈਨੂੰ ਹੋਰ ਕਿਸੇ ਸਿੰਗਰ ਦਾ ਨਹੀਂ ਪਤਾ ਸੀਗਾ। ਜਦੋਂ ਮੰਮੀ ਹੋਰੀ ਸੁਣਦੇ ਮੇਰੇ ਇਸ ਤਰ੍ਹਾਂ ਦੀ ਗੱਲ ਨਹੀਂ, ਮੰਮੀ ਹੋਰੀ ਸਾਰੇ ਜਿਹੜੇ ਚੱਲਦੇ ਹੁੰਦੇ ਸੀਗੇ ਘਰੇ ਲੱਗਦੇ ਹੁੰਦੇ ਸੀ, ਮੇਰੇ ਨਾਨਕਿਆਂ 'ਚ ਵੀ ਪੰਜਾਬੀ ਸਿੰਗਰਾਂ ਨੂੰ ਮਤਲਬ ਮੇਰਾ ਕਿਸੇ 'ਚ ਕੋਈ ਦਿਲਚਸਪੀ ਨਹੀਂ ਸੀ, ਮੈਨੂੰ ਸਿਰਫ ਗੁਰਦਾਸ ਮਾਨ ਭਾਜੀ ਦਾ ਪਤਾ ਸੀਗਾ ਵੀ ਗੁਰਦਾਸ ਮਾਨ ਸਿੰਗਰ ਹੈ ਨਾ, ਅਤੇ ਫਿਰ ਨਾ ਇਹ ਕਹਿੰਦੇ ਮੈਂ ਸਿੰਗਰ ਹਾਂ, ਠੀਕ ਹੈ ਹੋਊਗਾ ਕੋਈ, ਚਲੋ ਹੈ ਨਾ, ਕਹਿੰਦੇ ਵੀ ਸੀਨ ਕਰਨਾ ਹੈ, ਮੈਂ ਕਿਹਾ ਠੀਕ ਹੈ ਚਲੋ, ਅਤੇ ਸਾਡੇ ਬਸ ਇੱਕ ਦੋ ਸੀਨ ਸੀਗੇ ਸਾਡੇ, ਇੱਕ ਵਿਆਹੜਾ ਸੀਗਾ, ਇੱਕ ਦੋ ਪਹਿਲਾਂ ਭੈਣ ਰੱਖੜੀ ਬੰਨ੍ਹਦੀ। ਅੱਛਾ, ਫਿਰ ਅਣਜਾਣ ਬੰਦੇ ਨਾਲ ਵਿਆਹ ਕਰਨਾ, ਤੁਸੀਂ ਤਾਂ ਜਾਣਦੇ ਨਹੀਂ ਸੀ ਮੰਗਾ ਬਾਬਾ, ਜਾਣਦੀ ਸੀਗੀ ਬਿਲਕੁਲ, ਤੇ ਫਿਰ ਉਹ ਵਿਆਹ ਵਾਲੇ ਸੀਨ 'ਚ ਫਿਰ ਡਰ ਨਹੀਂ ਲੱਗਿਆ ਉਦੋਂ? ਨਹੀਂ ਸੋਰੀ, ਤੇ ਡਰ ਨਹੀਂ, ਡਰ ਤਾਂ ਚਲੋ ਜਦੋਂ ਐਕਟਿੰਗ ਕਰਨੀ ਮੈਨੂੰ ਪਤਾ ਹੈ ਨਾ ਵੀ ਮੇਰਾ ਕਿਹੜਾ ਸੱਚ ਨੂੰ ਹੋ ਰਿਹਾ ਨਾ ਵਿਆਹ, ਤੇ ਇਹ ਵੀ ਸੀਗੇ ਚਲੋ ਨਾਲ ਜਿਹੜਾ ਦੂਜਾ ਮੁੰਡਾ ਸੀ ਨਾ, ਇਹ ਦੋਨੋਂ ਦੋ ਭੈਣਾਂ ਸੀ ਅਸੀਂ, ਦੋ ਹੀਰੋ ਹੈ ਨਾ, ਅਤੇ ਹੀਰੋ ਦੇ ਜਿਹੜੇ ਦਿਖਾਏ ਸੀਗੇ ਮੁੰਡੇ ਵੀ ਵਿਆਹ ਕਰਨਾ ਸੀਗਾ, ਅਤੇ ਉਹ ਵੀ ਨਵਾਂ ਸੀਗਾ, ਇਹ ਦੋਨੋਂ ਗੱਲਾਂ ਕਰਦੇ ਸੀਗੇ, ਅਸੀਂ ਕਹਿੰਦੇ ਵਿਆਹ 'ਚ ਲਈ ਕੁੜੀ, ਕਹਿੰਦੇ ਵੀ ਵੀ ਮੰਗੇ ਤੇਰੀ ਕਿਹੜੇ ਤੇਰੇ ਨਾਲ ਕਿਹਦੀ ਜੋੜੀ ਬਣੂਗੀ, ਉਹ ਜਿਹੜੇ ਡਾਇਰੈਕਟਰ ਸਾਹਿਬ ਸੀ ਉਹ ਚਲੋ ਮੈਨੂੰ ਹੈ ਨਾ ਵਧੀਆ, ਕਹਿੰਦੇ ਵੀ ਕਹਿੰਦੇ ਆਹ ਕੁੜੀ ਨਾਲ ਤੇਰੀ ਜੋੜੀ ਬਣੂਗੀ ਵੀ, ਨਾਮ ਨਿੱਕਾ ਨਿੱਕਾ ਰਲ ਗਿਆ ਨਾ, ਮੰਗਾ ਪੰਮੀ ਜੀ। ਤੇ ਅੱਛਾ ਫਿਰ ਉਸ ਤੋਂ ਬਾਅਦ ਉਹ ਤਾਂ ਫਿਰ ਫੋਨ ਫਾਨ ਹੁੰਦੇ ਸੀ ਉਦੋਂ? ਨਹੀਂ ਇਹਨਾਂ ਕੋਲ ਤਾਂ ਸੀਗਾ, ਮੇਰੇ ਕੋਲ ਨਹੀਂ ਸੀਗਾ। ਫਿਰ ਕਿੱਦਾਂ ਦੁਬਾਰਾ ਫਿਰ ਕੰਟੈਕਟ ਕਰ? ਸਾਡੇ ਘਰੇ ਫੋਨ ਸੀਗਾ, ਲੈਂਡਲਾਈਨ ਤਾਂ ਲੱਗਿਆ ਹੋਇਆ ਸੀਗਾ। ਅੱਛਾ, ਘਰੇ ਤਾਂ ਹੁੰਦਾ ਸੀਗਾ ਹਾਂਜੀ, ਫਿਰ ਇਹਨਾਂ ਨੇ ਫਿਰ ਨੰਬਰ ਲੈ ਲਿਆ ਸੀਗਾ ਮੇਰਾ। ਅੱਛਾ, ਤੁਸੀਂ ਪਹਿਲੇ ਝਾਟੀ ਦੇ ਤਾਂ ਨੰਬਰ? ਨਹੀਂ ਨਹੀਂ, ਜਿਨ੍ਹਾਂ ਦੇ ਥਰੂ ਮੈਂ ਗਈ ਸੀ ਉਹਨਾਂ ਤੋਂ ਲਿਆ ਮੇਰਾ ਨੰਬਰ। ਅੱਛਾ, ਤੇ ਮੈਂ ਤਾਂ ਚਲੀ ਗਈ ਸੀ ਸ਼ੂਟਿੰਗ ਕਰਕੇ, ਆਪਣਾ ਸੀਨ ਸੀਗਾ ਸੀ, ਵਿਆਹ ਦੇ ਕੱਪੜੇ ਕੁਪੜੇ ਜਿਹੜੇ ਤੁਹਾਨੂੰ ਪਤਾ ਹੀ ਪਾਏ, ਫਿਰ ਉਹਨਾਂ ਦੀ ਡਰੈਸਸ ਉੱਥੇ ਕਰਕੇ ਸੀ, ਮੈਂ ਘਰੇ ਆ ਗਈ, ਮੈਂ ਕਿਉਂਕਿ ਮੇਰੇ ਮਾਇੰਡ 'ਚ ਕੁਛ ਨਹੀਂ ਸੀਗਾ ਐਵੇਂ ਦਾ ਜੇ ਵੀ ਕਿਸੇ ਦੁਬਾਰੇ ਮਿਲਣ ਆਏ ਵੀ ਚਲੋ ਕੰਮ ਸੀਗਾ, ਮੰਮੀ ਨੇ ਦੱਸਿਆ ਜਾ ਕੇ ਵੀ ਅੱਜ ਸ਼ੂਟ ਕੀਤਾ ਨਾ, ਵੀ ਤੋਂ ਮੁੰਡੇ ਆਏ ਸੀਗੇ, ਦੋ ਸਾਡਾ ਵਿਆਹ ਹੋਇਆ ਵੀ ਵਿਦਾਈ ਹੋਈ, ਪੂਰਾ ਜਿਵੇਂ ਸੀਨ ਹੈ ਨਾ ਸ਼ੂਟ ਹੁੰਦਾ ਹੈ ਉਵੇਂ। ਅਤੇ ਫਿਰ ਇਹਨਾਂ ਦਾ ਫੋਨ ਆਇਆ ਮੈਨੂੰ ਵੀਕ 'ਚ, ਮੈਨੂੰ ਮਤਲਬ ਦੂਜੇ ਤੀਜੇ ਦਿਨ ਫੋਨ ਇਹਨਾਂ ਦਾ ਆ ਗਿਆ ਸੀਗਾ ਘਰੇ ਹੀ। ਠੀਕ ਹੈ, ਤੇ ਪਹਿਲਾਂ ਕੀ ਕਹਿ ਕੇ ਫੋਨ ਚੱਕਿਆ, ਕਿਸੇ ਹੋਰ ਨੇ ਚੱਕਿਆ ਜਾਂ ਤੁਸੀਂ ਚੱਕਿਆ? ਨਹੀਂ, ਜਦੋਂ ਘਰ ਹੁੰਦੀ ਮੋਸਟਲੀ ਮੈਂ ਹੀ ਚੱਕਦੀ ਸੀ, ਡੈਡੀ ਡਿਊਟੀ 'ਤੇ ਸੀਗੇ, ਅਤੇ ਮੈਂ ਕਿਹਾ ਹਾਂਜੀ, ਅਤੇ ਕਹਿੰਦੇ ਵੀ ਆਪਾਂ ਮਿਲੇ ਸੀ ਨਾ ਵੀ ਮੈਂ ਮੰਗਾ ਬੋਲਦਾ, ਮੈਂ ਕਿਹਾ ਅੱਛਾ ਠੀਕ ਹੈ, ਮੈਂ ਕਿਹਾ ਹਾਂਜੀ ਦੱਸੋ, ਕਿਹਾ ਤੁਸੀਂ ਐਂ ਨਹੀਂ ਕਿਹਾ ਕੀ ਮੰਗਣਾ? ਨਹੀਂ ਕਦੇ ਐਵੇਂ ਦੀ ਕੋਈ ਗੱਲ ਨਹੀਂ, ਕਹਿੰਦੇ ਵੀ ਮੰਗਾ ਬੋਲਦਾ ਹੈ, ਮੈਂ ਕਿਹਾ ਹਾਂਜੀ ਦੱਸੋ, ਕਹਿੰਦੇ ਵੀ ਤੁਸੀਂ ਵੀ ਕਿਵੇਂ ਵੀ ਤੁਹਾਡਾ ਵੀ ਕੰਮ ਕਰ ਪੁੱਛਣ, ਵੀ ਉਹਨਾਂ ਨੂੰ ਪਤਾ ਸੀ ਮੈਂ ਗਿੱਧਾ ਗੁੱਦਾ ਪਾਉਂਦੀ ਹਾਂ, ਵੀ ਨਹਿਰੂ ਯੁਵਾ ਕੇਂਦਰ ਭੰਗੜਾ ਵੀ ਹੌਲੀ ਹੌਲੀ ਗੱਲ ਕਿਵੇਂ, ਮੈਂ ਕਿਹਾ ਨਹੀਂ ਠੀਕ ਹਾਂ ਵਧੀਆ ਹੈ ਨਾ, ਜਿਵੇਂ ਚਲੋ ਗੱਲ ਹੋਈ ਹੈ ਨਾ ਸਾਡੀ, ਅਤੇ ਮੈਂ ਸਟੈਨੋ ਵੀ ਕਰਦੀ ਹੁੰਦੀ ਸੀ ਨਾ ਉਦੋਂ, ਸਟੈਨੋਗ੍ਰਾਫੀ ਕੀਤੀ ਹੋਈ ਮੈਂ, ਅਤੇ ਕਹਿੰਦੇ ਵੀ ਜਾਂਦੇ ਨਹੀਂ ਕਲਾਸਿਸ, ਮੈਂ ਕਿਹਾ ਨਹੀਂ ਕਲਾਸ ਜਾਂਦੀ ਹਾਂ ਵੀ ਕਾਲਜ, ਅਤੇ ਮੈਂ ਕਿਹਾ ਵੀ ਉੱਥੇ ਨਹਿਰੂ ਯੁਵਾ ਕੇਂਦਰ, ਕਹਿੰਦੇ ਗਏ ਨਹੀਂ ਮੁੜ ਕੇ, ਮੈਂ ਕਿਹਾ ਨਹੀਂ ਜਾਊਂਗੀ, ਅਤੇ ਕਹਿੰਦੇ ਵੀ ਨਾ ਸਾਨੂੰ ਫਿਰ ਇਹਨਾਂ ਨੇ ਲਾਸਟ ਟਾਈਮ ਜਦੋਂ ਫੋਨ ਰੱਖਣ ਲੱਗੇ, ਕਹਿੰਦੇ ਅਸੀਂ ਨਾ ਵੀ ਮੈਨੂੰ ਕੁੜੀ ਚਾਹੀਦੀ ਹੈ ਗਾਉਣ ਨੂੰ, ਕਹਿੰਦੇ ਮੈਂ ਕਿਹਾ ਮੈਨੂੰ ਕੀ ਦੱਸ ਰਹੇ, ਮੈਨੂੰ ਬੜਾ ਅਜੀਬ ਲੱਗਿਆ ਵੀ ਗਾਉਣਾ ਹੈ ਨਾ, ਅਤੇ ਕਹਿੰਦੇ ਵੀ ਤੁਸੀਂ ਕਰ ਲਉਂਗੇ ਤਿਆਰੀ, ਮੈਂ ਨਾ ਮਤਲਬ ਕੁਛ ਨਹੀਂ ਮੰਮੀ ਵੀ ਕੋਲ, ਮੈਂ ਕਿਹਾ ਕੋਈ ਨਾ ਮੈਂ ਚਲੋ ਮੈਂ ਤੁਹਾਨੂੰ ਬਾਅਦ 'ਚ ਫੋਨ ਕਰਾਂਗੀ ਹੈ ਨਾ,
नंबर मेरे को नहीं सीगा, मैं मैं शामी फोन करे, मैं फिर मैं दस दांगी। चलो मम्मी ना गल की, मैं मम्मी गाउन नू कहंदे, मैं मैनू तो इन्हां दा शामी फिर फोन आ गया। अच्छा ਤੇ ਮੰਮੀ ਕਹਿੰਦੇ ਵੀ ਚੱਲ ਦੇਖ ਲੈ, ਕਹਿੰਦੀ ਕਿਉਂਕਿ ਮੰਮੀ ਡੈਡੀ ਨੇ ਮੰਗੇ ਦਿੱਤਾ ਟਾਈਮ, ਉਦੋਂ ਪੰਜਾਬੀ 'ਚ ਕਹਿ ਦਈ ਵੀ ਬਹੁਤ ਔਖਾ ਨਹੀਂ ਆਉਣਾ ਸ਼ਾਮ ਵਾਲਾ ਵੀ ਉਦੋਂ। ਤੇ ਸ਼ਾਮ ਨੂੰ ਇਹਨਾਂ ਨੇ ਫੋਨ ਕੀਤਾ ਫਿਰ। ਹਾਂਜੀ। ਤੇ ਕੁਦਰਤ ਦੀ ਮੰਮੀ ਕਹਿੰਦੀ ਵੀ ਉਹ ਮੁੰਡੇ ਦਾ ਫੋਨ ਆਉਣਾ, ਚੁੱਕ ਲੈ ਵੀ ਜਿਹੜਾ ਤੁਹਾਨੂੰ ਵੀ ਉਹਦੇ 'ਚ ਕਹਿੰਦਾ ਗਾਉਣ ਗਾਉਣ ਨੂੰ। ਤੇ ਮੰਮੀ ਡੈਡੀ ਮੇਰੇ ਬੜੇ, ਮਤਲਬ ਉਹਨਾਂ ਨੇ ਕਦੇ ਸਾਨੂੰ ਰੋਕਿਆ ਨਹੀਂ ਹੈ ਨਾ ਇਸ ਚੀਜ਼ ਤੋਂ, ਕਿਉਂਕਿ ਅਸੀਂ ਪੰਜ ਭੈਣਾਂ ਹੈ ਅਤੇ ਇੱਕ ਮੇਰਾ ਬ੍ਰਦਰ ਆ। ਅਤੇ ਹੈ ਨਾ ਉਹਨਾਂ ਨੇ ਸੀਗਾ ਵੀ ਨਹੀਂ ਕੁੜੀਆਂ, ਉਹਨਾਂ ਨੇ ਸਾਨੂੰ ਕੁੜੀਆਂ ਨੂੰ ਮੁੰਡਿਆਂ ਵਾਂਗੂ ਹੀ ਪਾਲਿਆ ਮੇਰੇ ਮੰਮੀ ਡੈਡੀ ਨੇ ਹੈ ਨਾ। ਅਤੇ ਮੈਂ ਕਿਹਾ ਚਲੋ ਠੀਕ ਆ। ਅਤੇ ਸ਼ਾਮ ਨੂੰ ਇਹਦਾ ਫਿਰ ਫੋਨ ਆ ਗਿਆ, ਕਹਿੰਦੇ ਵੀ ਅਸੀਂ ਨਾ ਘਰੇ ਆਉਣਾ, ਮੈਨੂੰ ਸਿੱਧਾ ਹੀ ਕਹਿੰਦੇ ਵੀ ਅਤੇ ਡੈਡੀ ਨਾਲ ਗੱਲਬਾਤ ਕਰਨੀ ਆ ਵੀ ਗਾਉਣ ਬਾਰੇ। ਮੈਂ ਕਿਹਾ ਆ ਜਾਓ, ਹੁਣ ਮੈਂ ਕੁਛ ਨਹੀਂ ਕਿਹਾ ਨਾ। ਅਤੇ ਤੁਸੀਂ ਮੰਨੋ ਕਿ ਦੂਜੇ ਦਿਨ ਸਵੇਰੇ 10 ਵਜੇ ਘਰੇ ਆ ਗਏ। ਅਤੇ ਦੱਸਤਾ ਸੀ ਵੀ ਡੈਡੀ ਪੁਲਿਸ ਨੇ? ਹਾਂਜੀ, ਇਹਨਾਂ ਨੂੰ ਘਰੇ ਆ ਕੇ ਪਤਾ ਚੱਲਿਆ। ਅੱਛਾ, ਫਿਰ ਡੈਡੀ ਦੀ ਯੂਨੀਫਾਰਮ ਟੰਗੀ ਹੋਈ ਸੀਗੀ। ਫਿਰ ਤਾਂ ਇਹਨਾਂ ਨੂੰ ਪਾਣੀ ਪੀਣਾ ਔਖਾ ਨਹੀਂ ਹੋਇਆ? ਕਹਿੰਦੇ ਸਾਨੂੰ ਤਾਂ ਪਹਿਲਾਂ ਦੱਸ ਦੇ ਡੈਡੀ ਪੁਲਿਸ। ਮੈਂ ਕਿਹਾ ਡੈਡੀ ਨੂੰ ਮੈਂ ਤੁਹਾਨੂੰ ਡਰਨ ਦੀ ਜ਼ਰੂਰਤ ਨਹੀਂ ਹੈ। ਮੈਂ ਕਿਹਾ ਡੈਡੀ ਮੇਰੇ ਗਵਰਨਰ ਹਾਊਸ ਡਿਊਟੀ ਕਰਦੇ ਆ, ਮੈਂ ਕਿਹਾ ਠਾਣੀ ਠੋਣੇ ਨਹੀਂ ਜਾਂਦੇ ਨਾ ਡੈਡੀ। ਤੇ ਫਿਰ ਆਏ, ਮਤਲਬ ਪੱਟੀ ਪੱਟੀ ਵਾਲਾ ਸੀਗਾ ਨਾਲ, ਤੇ ਇੱਥੋਂ ਜਿਹੜੇ ਇਹਨਾਂ ਦੇ ਮਾਮਾ ਲੱਗਦੇ ਸੀ ਸ਼ਾਇਦ ਇਹਨਾਂ ਦੇ। ਹਾਂਜੀ, ਇਹਨਾਂ ਦੇ ਨਾਨਕਿਆਂ ਤੋਂ। ਤੇ ਇੱਥੇ ਕਮਲ ਹੈਗੇ ਡਾਕਟਰ ਸਾਹਿਬ, ਉਹ ਵੀ ਨਾਲ ਹੀ ਸੀਗੇ। ਠੀਕ ਹੈ। ਇਹ ਸੀਗੇ ਤਿੰਨੋ। ਚਲੋ ਡੈਡੀ ਵਧੀ ਗੱਲ ਕੀਤੀ ਨਾ ਡੈਡੀ। ਉਹ ਐਲਬਮ ਆ ਚੁੱਕੀ ਸੀ ਮੰਗਾ ਜੀ ਦੀ ਕਿ ਨਹੀਂ ਭਾਈ? ਸੋਹਰੇ ਦੀ ਮੁੰਦੀ ਆ ਚੁੱਕੀ ਸੀ। ਠੀਕ ਹੈ। ਤੇ ਮੈਨੂੰ ਤੁਸੀਂ ਮੰਨੋਗੇ, ਮੈਂ ਇਹਨਾਂ ਦਾ ਇੱਕ ਵੀ ਗਾਣਾ ਨਹੀਂ ਸੀ ਸੁਣਿਆ। ਅੱਛਾ, ਠੀਕ ਹੈ। ਨਹੀਂ ਸੁਣਿਆ? ਆਪਦੀ ਸੋਹਰੇ ਮੁੰਦੀ ਲੈਣ ਦੀ ਤਿਆਰੀ ਸੀ ਪਾਉਣ ਦੀ? ਪਤਾ ਨਹੀਂ, ਮੈਂ ਡੈਡੀ ਕੋਲ ਆ ਗਏ, ਡੈਡੀ ਕਹਿੰਦੇ ਵੀ ਚਲੋ, ਡੈਡੀ ਕਹਿੰਦੇ ਵੀ ਇਹਨੂੰ ਪੁੱਛ ਲਓ ਵੀ ਜੇ ਇਹਦਾ ਦਿਲ ਕਰਦਾ ਵੀ ਕਿੱਥੇ ਜਾਣਾ ਗਾਉਣ, ਹੈ ਨਾ। ਬਿਨਾਂ ਗਾਇਆ ਤਾਂ ਹੈ ਨਹੀਂ ਕਦੀ ਵੀ, ਸਕੂਲਾਂ 'ਚ ਤਾਂ ਗਾਉਂਦੀ, ਕਾਲਜ 'ਚ ਗਾਉਂਦੀ ਹੈ ਨਾ, ਵੀ ਚਲੋ ਗਿੱਧਾ ਵੀ ਪਾਉਂਦੀ, ਭੰਗੜਾ ਵੀ, ਹੈ ਨਾ। ਪੱਟੀ ਬੋਲਿਆ ਨਹੀਂ, ਕਹਿੰਦੇ ਵੀ ਅੰਕਲ ਜੀ ਅਸੀਂ ਸਿਖਾਵਾਂਗੇ ਵੀ। ਮਤਲਬ ਬੜੀ ਤਰੀਕੇ ਨਾਲ ਇਹਨਾਂ ਨੇ ਗੱਲ ਕੀਤੀ ਵੀ ਜਿਵੇਂ ਇਹਨਾਂ ਨੂੰ ਨੀਡ ਹੁੰਦੀ ਕਾਫੀ, ਹੈ ਨਾ, ਵੀ ਸਾਨੂੰ ਚਲੋ ਵੀ ਕਹਿੰਦੇ ਵੀ। ਤੇ ਚਲੋ ਇਹ ਨਹੀਂ ਸੀ ਬੋਲੇ ਬੈਠੇ ਦੇ ਚੁੱਪਚਾਪ, ਹੈ ਨਾ, ਜਿਵੇਂ ਤੁਹਾਡੀ ਗੱਲ ਵੀ ਪੁਰਾਣਾ ਹੁੰਦਾ ਬੈਠੇ ਚੁੱਪਚਾਪ। ਅਤੇ ਗੱਲਾਂ ਕੀਤੀ ਉਹਨਾਂ ਨੇ, ਪੱਟੀ ਨੇ ਗੱਲ ਕੀਤੀ ਜ਼ਿਆਦਾ, ਹੈ ਨਾ, ਹੋਰ ਦੂਜੇ ਨੇ ਬੋਲੇ ਕੋਈ ਵੀ, ਹੈ ਨਾ। ਅਤੇ ਡੈਡੀ ਕਹਿੰਦਾ ਠੀਕ ਹੈ। ਤੇ ਤੁਸੀਂ ਇਹ ਫਿਰ ਮੈਨੂੰ ਕਹਿੰਦੇ ਸ਼ਾਇਦ ਸਰਦਾਰ ਨੂੰ ਤਾਂ ਨਾਲ ਲਿਆ, ਹੁਣ ਵੀ ਪ੍ਰਭਾਵ ਜ਼ਿਆਦਾ ਪਊਗਾ ਸ਼ਾਇਦ। ਬਾਈ ਹੁਣੀ ਪੱਗ ਬੰਨਦੇ ਨੇ ਨਾ ਪੱਟੀ ਹੁਣ? ਹਾਂਜੀ, ਉਹ ਪੱਗ ਬੰਨਦੇ ਪੱਟੀ ਭਾਜੀ। ਤੇ ਡੈਡੀ ਕਹਿੰਦੇ ਚਲੋ ਠੀਕ ਹੈ, ਡੈਡੀ ਨੇ ਮਨਾ ਨਹੀਂ ਕੀਤਾ ਮੇਰੇ। ਅੱਛਾ, ਫਿਰ ਪਹਿਲੀ ਸਟੇਜ ਕਦੋਂ ਲਾਈ ਫਿਰ? ਪਹਿਲੀ ਸਟੇਜ ਲਾਈ, ਮੈਂ ਤਿਆਰੀ ਕੀਤੀ ਪਹਿਲਾਂ ਖਰੜ ਆ ਕੇ। ਅੱਛਾ, ਇਹਨਾਂ ਕੋਲ ਹੀ ਕਰੀ? ਇਹਨਾਂ ਕੋਲ ਕੀਤੀ। ਠੀਕ ਹੈ। ਮੈਨੂੰ ਤਾਂ ਹਰਮੋਨੀਅਮ ਦਾ ਵੀ, ਮੈਂ ਤੁਹਾਨੂੰ ਸਹੀ ਦੱਸਾਂ ਨਾ, ਚਾਹੇ ਮੈਂ ਜਿੰਨੇ ਮਰਜ਼ੀ ਫੰਕਸ਼ਨ ਕੀਤੇ, ਕਿਉਂਕਿ ਉੱਥੇ ਮੇਰਾ ਉਹ ਨਹੀਂ ਸੀਗਾ, ਅਤੇ ਮੈਂ ਸਟੇਜ ਮਤਲਬ ਕਿ ਹਰਮੋਨੀਅਮ ਸਿੱਖਿਆ ਇਹਨਾਂ ਕੋਲ ਥੋੜ੍ਹਾ ਬਹੁਤ, ਹੈ ਨਾ। ਅਤੇ ਬਡਲਿਆ ਸੀਗਾ ਇੱਥੇ, ਖੰਨੇ ਲੱਗ ਗਏ, ਬਡਲਾ ਪਿੰਡ ਹੈ। ਅਤੇ ਪੱਟੀ ਭਾਅ ਜੀ ਕਹਿੰਦੇ ਵੀ ਮੈਂ ਉਹਨਾਂ ਦਾ ਗੀਤ ਲਿਖਿਆ ਹੋਇਆ, ਮੈਂ ਉਹ ਗਾਇਆ ਸੀਗਾ। ਠੀਕ ਹੈ। ਅਤੇ ਜਦੋਂ ਮੈਂ ਸਟੇਜ 'ਤੇ ਗਈ ਨਾ, ਅਸੀਂ ਜਾ ਰਹੇ ਗੱਡੀ 'ਚ, ਕਹਿੰਦੇ ਇੱਥੇ ਗਾਉਣ ਆਏ, ਕਹਿੰਦੇ ਤੂੰ ਇਕੱਲੀ ਨੇ ਗਾਉਣਾ ਹੈ। ਮੈਂ ਪਹਿਲੀ ਵਾਰੀ ਇਹਨਾਂ ਰਸ਼ ਦੇਖਿਆ ਪਿੰਡ 'ਚ, ਮਤਲਬ ਕਿ ਰਸ਼ ਦੇਖਿਆ ਸੀਗਾ, ਮਤਲਬ ਇਹ ਜਿਹੜਾ ਪਿੰਡੂ ਹੁੰਦਾ ਨਾ, ਜਿਵੇਂ ਬਹੁਤ ਬੰਦੇ ਬੰਦੇ ਹੋਣ, ਕਰਾਊਡ ਕਰਾਊਡ ਹੋ, ਮੈਂ ਕਿਹਾ ਓ ਮਾਈ ਗੋਡ, ਹੈ ਨਾ। ਅਤੇ ਉਹ ਜਿਵੇਂ ਛਿੰਝ ਨਹੀਂ ਹੁੰਦੀ ਆਪਣੇ ਪਿੰਡਾਂ 'ਚ, ਉਹ ਵੀ ਸੀਗੀ। ਠੀਕ ਹੈ। ਅਤੇ ਸਾਰਾ ਨਾ ਕਾਫੀ ਇਕੱਠ ਸੀਗਾ, ਬਹੁਤ ਜ਼ਿਆਦਾ ਜਿੰਨ, ਹੈ ਨਾ। ਅਤੇ ਮੇਰੇ ਤਾਂ ਲੱਤਾਂ ਕੰਬਣ ਲੱਗ ਗਿਆ ਸਟੇਜ ਚੜ੍ਹਨ ਤੋਂ ਪਹਿਲਾਂ, ਹਾਲਾਂਕਿ ਮੈਂ ਕਿੰਨੀਆਂ ਸਟੇਜਸ ਕੀਤੀਆਂ ਪਹਿਲਾਂ, ਮੈਟਾਗੋਰ ਥੀਏਟਰ ਆਪਣੇ, ਮੈਂ ਬਹੁਤ ਮਤਲਬ ਬੈਲੇ ਜਿਵੇਂ ਹੀਰ ਰਾਂਝਾ ਮਿਰਜ਼ਾ ਸਾਹਿਬਾ, ਮੈਂ ਬਹੁਤ ਕੀਤੇ ਪਹਿਲਾਂ, ਹੈ ਨਾ। ਮੈਂ ਸਭ ਕੋਈ ਕਲਚਰ ਦਾ ਮੈਨੂੰ ਨਹੀਂ ਸੀਗਾ ਛੱਡਿਆ, ਵੀ ਮੈਨੂੰ ਨਹੀਂ ਆਉਂਦਾ ਸੀਗਾ। ਔਰ ਉਹ ਜਿਹੜੀ ਪਿਓਰ ਆਡੀਅੰਸ ਸੀ ਉਹਨਾਂ ਸਾਹਮਣੇ ਡਰ ਲੱਗ ਰਿਹਾ ਜੀ? ਪਿਓ, ਹਾਂ, ਉਹ ਮੈਂ ਫਸਟ ਟਾਈਮ ਦੇਖੀ ਸੀਗੀ, ਹੈ ਨਾ। ਅਤੇ ਚਲੋ ਗਾਇਆ ਫਿਰ ਮੈਂ ਗੀਤ, ਅਤੇ ਕੁਦਰਤ ਪਰਮਾਤਮਾ ਦਾ ਇੰਨਾ ਸ਼ੁਕਰ ਹੈ ਨਾ, ਵੀ ਬਹੁਤ ਵਧੀਆ। ਝਿੜਕ ਨਹੀਂ ਪਈ ਉਦੋਂ, ਕਿਉਂਕਿ ਪਹਿਲੀ ਵਾਰੀ ਕੋਈ ਨਾ ਕੋਈ ਗਲਤੀ? ਨਹੀਂ, ਸੱਚੀ ਨੂੰ ਨਹੀਂ ਪਈ। ਅੱਛਾ। ਤੇ ਇਹ ਮੈਂ ਬਲਕਿ ਮੈਨੂੰ ਕਹਿਣ, ਕਹਿੰਦੇ ਲੱਗਦਾ ਨਹੀਂ ਵੀ ਤੂੰ ਫਸਟ ਟਾਈਮ ਗਾਇਆ। ਅੱਛਾ। ਪੱਟੀ ਭਾਈ ਵੀ ਨਾਲ ਹੀ ਸੀਗੇ, ਤੇ ਇਹ ਵੀ ਕਹਿੰਦੇ ਮੈਨੂੰ ਤਾਂ ਐ ਵੀ ਤੂੰ ਡਰ ਜਾਏਂਗੀ, ਭੁੱਲ ਜਾਏਂਗੀ। ਤੇ ਮੈਨੂੰ ਗਾਣਾ ਮੈਨੂੰ ਯਾਦ ਹੋ ਗਿਆ। ਚਲੋ, ਕਿਹੜਾ ਗਾਣਾ ਗਾਇਆ ਸੀ ਕੋਈ ਯਾਦ ਹੈ? ਹਾਂਜੀ ਹਾਂਜੀ, ਬਿਲਕੁਲ, ਪੱਟੀ ਭਾਈ ਦਾ, ਮੈਂ ਹੁਣ ਵੀ ਗਾਉਂਦੀ ਆ। ਸੁਣਾ ਦਿਓ ਜੀ ਪਲੀਜ਼। ਸੁਣਾਵਾਂ ਕਿ ਬੋਲ ਕੇ ਸੁਣਾਵਾਂ? ਨਹੀਂ, ਸੁਣਾ ਹੀ ਦਿਓ, ਤਰਨਮ ਸੁਣਾ ਦਿਓ। ਠੀਕ ਹੈ। ਗੱਲਾਂ ਵਿੱਚ ਖੁਸ਼ ਕਰਦਾ ਰਹਿੰਨੇ ਨਿੱਤ ਚੰਦਰਿਆਈਓ ਕਿੰਨੇ, ਗੱਲਾਂ ਵਿੱਚ ਖੁਸ਼ ਕਰਦਾ ਰਹਿੰਨੇ ਨਿੱਤ ਚੰਦਰਿਆਈਓ ਕਿੰਨੇ, ਨੱਕ ਤੇਰੇ ਨੂੰ ਲੌਂਗ ਕੜਾ ਦੂੰ, ਨੱਕ ਤੇਰੇ ਨੂੰ ਲੌਂਗ ਕੜਾ ਦੂੰ, ਗਲ ਨੂੰ ਰਾਣੀ ਹਾਰ ਵੇ ਦਾਰੂ ਪੀ ਕੇ ਮੁੱਕਰਦੈ ਕੀ ਤੇਰਾ ਐਤਬਾਰ, ਵੇ ਦਾਰੂ ਪੀ ਕੇ ਮੁੱਕਰਦੈ। ਅੱਛਾ, ਇਹ ਗੀਤ ਗਾਇਆ? ਫਸਟ ਟਾਈਮ ਗਾਇਆ ਸੀ, ਅਤੇ ਮੈਂ ਕਦੀ ਵੀ ਐਵੇਂ ਦਾ ਗੀਤ ਨਹੀਂ ਸੀ ਗਾਇਆ, ਮੈਂ ਨਹੀਂ ਸੀ ਗਾਇਆ ਨਾ। ਮੈਂ ਇਹਨਾਂ ਨੂੰ ਵੀ ਪਤਾ ਵੀ ਇਹ ਨਹੀਂ ਸੀ ਗਾਉਂਦੀ, ਵੀ ਦਾਰੂ ਇਹਨਾਂ ਅਜੀਬ ਲੱਗਦਾ ਸੀਗਾ, ਬਟ ਫਿਰ
छे महीने तक इन्होंने मेनु मतलब कि तुसी मन्नोगे भी कोई एवेदा नहीं सीगा साडा प्यार मुहब्बत है ना क्योंकि मैं अपने काम दे प्रति सीगी है ना ये भी अपने काम दे प्रति बहुत डेडिकेट करते सीगे भी हाँ भी मैं शो करना ना क्योंकि इन्हां दे भी सीगा भी मैं कुछ बनना है उदों चलो हुंदा सीगा ना ते साडा एवें दा कुछ नहीं सीगा ते प्यार हुंदा हुंदा सानू नहीं पता सानू कदों हो गया ना इन्हां ने कदी आई लव यू कहा कदी ना तां मैं कदी कहा कदी कहा नहीं इक दूजे नूं असीं अच्छा ਤੇ ਪਤਾ ਹੀ ਨਹੀਂ ਲੱਗਿਆ ਇੰਨੇ ਸਾਲਾਂ 'ਚ ਕਦੋਂ ਅੱਛਾ ਉਦੋਂ ਪੇਮੈਂਟ ਤੁਹਾਨੂੰ ਮਿਲਦੀ ਹੁੰਦੀ ਸੀ ਪੇਮੈਂਟ ਮਿਲਦੀ ਹੁੰਦੀ ਸੀਗੀ ਕਿੰਨੀ ਪੇਮੈਂਟ ਨਹੀਂ ਪੇਮੈਂਟ ਨਹੀਂ ਮੈਂ ਦੱਸਣੀ ਸੌਰੀ ਅੱਛਾ ਥੋੜੀ ਦਿੰਦੇ ਹੋ ਬਹੁਤ ਘੱਟ ਸੀਗੀ ਅੱਛਾ ਤੇ ਮੈਨੂੰ ਖੁਸ਼ੀ ਹੁੰਦੀ ਸੀ ਉਦੋਂ ਮੇਰੇ ਲਈ ਬਹੁਤ ਸੀ ਆਪਣੇ ਪਰਸ 'ਚ ਆਪਣੇ ਪੈਸੇ ਪਾ ਕੇ ਵੀ ਉਹ ਆਪਣਾ ਇੱਕ ਹੁੰਦਾ ਨਾ ਚਾਹ ਹੁੰਦਾ ਉਹ ਮੈਨੂੰ ਖੁਸ਼ੀ ਸੀਗੀ ਵੀ ਨਹੀਂ ਮੈਂ ਗਾਇਆ ਨਹੀਂ ਮੈਂ ਦੇਖੋ ਮੈਂ ਆਪਾਂ ਕਹਿ ਦਿੰਦੇ ਨਾ ਵੀ ਕੁੜੀਆਂ ਚਲੋ ਵੀ ਨਹੀਂ ਗਾਉਂਦੀਆਂ ਥੋੜ੍ਹਾ ਜੱਟਾਂ 'ਚ ਹੁੰਦਾ ਪ੍ਰੋਬਲਮ ਤੁਹਾਨੂੰ ਪਤਾ ਨਾ ਤੇ ਮੇਰੇ ਮੰਮੀ ਡੈਡੀ ਨੂੰ ਕੋਈ ਪ੍ਰੋਬਲਮ ਨਹੀਂ ਸੀਗੀ ਤੇ ਮੇਰੇ ਨਾਨਕਾ ਪਰਿਵਾਰ ਨੂੰ ਪਿਓਰ ਪਿੰਡੂ ਹੈ ਉਹਨਾਂ ਨੂੰ ਵੀ ਕੋਈ ਪ੍ਰੋਬਲਮ ਨਹੀਂ ਸੀਗੀ ਪਰ ਇਹਨਾਂ ਯਕੀਨ ਫਿਰ ਮੰਗਾ ਜੀ ਨੇ ਤੁਹਾਡੇ ਪਰਿਵਾਰ ਤੇ ਕਿਵੇਂ ਬਣਾ ਲਿਆ ਤੁਹਾਡੇ ਪਰਿਵਾਰ ਚੋਂ ਨਾਲ ਨਹੀਂ ਜਾਂਦਾ ਸੀ ਕੋਈ ਨਹੀਂ ਕਦੇ ਵੀ ਨਹੀਂ ਗਏ ਮੈਂ ਹੀ ਆਪਣੀ ਵੱਡੀ ਵੀ ਸੀਗੀ ਮੈਂ ਬ੍ਰਦਰ ਛੋਟਾ ਸੀਗਾ ਉਦੋਂ ਤਾਂ ਬਹੁਤ ਛੋਟਾ ਸੀਗਾ ਤੇ ਨਹੀਂ ਕਦੇ ਵੀ ਡੈਡੀ ਕਿਉਂਕਿ ਨਹੀਂ ਮੇਰੇ ਡੈਡੀ ਹੋਰੀ ਮੇਰੇ ਤੇ ਭਰੋਸਾ ਬਹੁਤ ਕਰਦੇ ਸੀ ਮੈਂ ਐਵੇਂ ਕਹਾ ਹੈ ਨਾ ਮੰਮੀ ਡੈਡੀ ਹੋਰੀ ਨੇ ਅੱਛਾ ਇਹਨਾਂ ਤੇ ਵੀ ਭਰੋਸਾ ਸੀ ਕਿਉਂਕਿ ਇਹ ਆਉਣ ਜਾਣ ਲੱਗ ਗਏ ਸੀਗੇ ਮੇਰੇ ਘਰੇ ਘਰੇ ਤੁਹਾਨੂੰ ਪਿਕ ਕਰਨੀ ਕਰਦੇ ਸੀ ਬਿਲਕੁਲ ਪਿਕ ਘਰੋਂ ਕਰਨ ਲੱਗ ਗਏ ਛੱਡਣ ਜਾਣ ਲੱਗ ਗਏ ਆਉਣ ਲੱਗ ਗਏ ਮਤਲਬ ਇੱਕ ਸਾਡਾ ਰੂਟੀਨ ਬਣ ਗਿਆ ਸੀਗਾ ਵੀ ਹਾਂ ਵੀ ਚਲੋ ਜੋੜੀ ਮੈਨੂੰ ਨਹੀਂ ਸੀਗਾ ਪਤਾ ਜੋੜੀ ਬਾਰੇ ਹੈ ਨਾ ਫਿਰ ਮੈਨੂੰ ਹੌਲੀ ਹੌਲੀ ਜਦੋਂ ਮੈਂ ਜਾਣ ਲੱਗੀ ਫਿਰ ਪਤਾ ਚੱਲ ਗਿਆ ਵੀ ਜੋੜੀ ਬਣ ਗਈ ਸਾਡੇ ਅਸੀਂ ਕੰਮ ਕਰਨ ਲੱਗੇ ਮੈਨੂੰ ਨਹੀਂ ਸੀਗਾ ਪਤਾ ਅਤੇ ਫਿਰ ਪ੍ਰੋਪਰ ਜਿਹੜੀ ਜੋੜੀ ਆ ਵਿਆਹ ਦੇ ਬੰਧਨ ਦੇ ਵਿੱਚ ਫਿਰ ਕਦੋਂ ਤੁਸੀਂ ਵੱਜਦੇ ਹੋ ਪਹਿਲਾਂ ਤਾਂ ਕੰਮ ਕਰਦੇ ਰਹੇ 3-4 ਸਾਲ ਪਤਾ ਨਹੀਂ ਚੱਲਿਆ ਤੁਹਾਨੂੰ ਦੱਸਿਆ ਨਾ ਚਲੋ ਸੀਗਾ ਪਿਆਰ ਮੁਹੱਬਤ ਅੱਛਾ ਵਿਆਹ ਦੀ ਪਹਿਲ ਤੁਸੀਂ ਕੀਤੀ ਜਾਂ ਫਿਰ ਮੰਗੇ ਬਾਈ ਨਹੀਂ ਇਹਨਾਂ ਨੇ ਕੀਤੀ ਵਿਆਹ ਦੀ ਪਹਿਲ ਤਾਂ ਚਲੋ ਸੀਗਾ ਜਦੋਂ ਕੰਮ ਕਰਦੇ ਆ ਮੈਨੂੰ ਜਦੋਂ ਗਾਉਂਦੀ ਸੀ ਮੈਨੂੰ ਰਿਸ਼ਤੇ ਬਹੁਤ ਆਉਂਦੇ ਸੀਗੇ ਨਾ ਚਲੋ ਤੁਹਾਨੂੰ ਪਤਾ ਹੀ ਵੀ ਸਟੇਜ ਤੋਂ ਵੇਖ ਕੇ ਵੀ ਕਿਸੇ ਨੇ ਕਿਹਾ ਬਿਲਕੁਲ ਅੱਛਾ ਅਸੀਂ ਨਾ ਗੁਰਦਾਸਪੁਰ ਸਾਡਾ ਬਹੁਤ ਵੱਡਾ ਮੇਲਾ ਹੁੰਦਾ ਹੈ ਮੈਨੂੰ ਹੁਣ ਨਾਮ ਨਹੀਂ ਯਾਦ ਉਹਨਾਂ ਦਾ ਭਾਜੀ ਉਹਨਾਂ ਦਾ ਬਹੁਤ ਵੱਡਾ ਮੇਲਾ ਕਰਾਉਂਦੇ ਉੱਥੇ ਮੈਂ ਇਹਨਾਂ ਨੇ ਵੀ ਗਾਇਆ ਮੈਂ ਵੀ ਆਪਣਾ ਗਾਇਆ ਨਾ ਅਸੀਂ ਡੂਟ ਵੀ ਗਾਇਆ ਤੇ ਮੈਂ ਸੋਲੋ ਵੀ ਗਾਉਂਦੀ ਹੁੰਦੀ ਸੀ ਸਟੇਜ ਤੇ ਤੇ ਉੱਥੇ ਇੱਕ ਮੁੰਡਾ ਸੀ ਬਹੁਤ ਰਿਚ ਫੈਮਿਲੀ ਤੋਂ ਸੀਗਾ ਤੇ ਉਹਨੇ ਨਾ ਮੇਰੇ ਘਰ ਦਾ ਨੰਬਰ ਲੈ ਲਿਆ ਪਤਾ ਨਹੀਂ ਮੈਨੂੰ ਨਹੀਂ ਪਤਾ ਕਿਵੇਂ ਲਿਆ ਹੈ ਨਾ ਤੇ ਮੇਰੇ ਘਰੇ ਫੋਨ ਕਰ ਦਿੱਤਾ ਕਹਿੰਦਾ ਮੈਂ ਤਾਂ ਜੀ ਤੁਸੀਂ ਚਾਹੇ ਕਹਿੰਦੇ ਵੀ ਮੰਗੇ ਬਾਈ ਨਾਲ ਗਾਉਂਦੇ ਰਹੋ ਮੈਨੂੰ ਕੋਈ ਪ੍ਰੋਬਲਮ ਨਹੀਂ ਕਹਿੰਦਾ ਪਰ ਮੈਂ ਵਿਆਹ ਤੇਰੇ ਨਾਲ ਹੀ ਕਰਾਉਣਾ ਹੈ ਅੱਛਾ ਤੇ ਮੁੰਡਾ ਬਹੁਤ ਸੋਹਣਾ ਸੀਗਾ ਤੁਹਾਡੇ ਵਰਗਾ ਹੀ ਸੀਗਾ ਤੇ ਨਾ ਵੀ ਸੁਰੱਖਾ ਸੀਗਾ ਬਹੁਤ ਉਹ ਮੈਨੂੰ ਮਿਲਿਆ ਵੀ ਮਤਲਬ ਸਟੇਜ ਤੇ ਆ ਕੇ ਚਲੋ ਜਿਵੇਂ ਪੈਸੇ ਪੁੱਸੇ ਨਾ ਉਹਨੇ ਉਹਨੇ ਤਾਂ ਫਿਰ ਵੱਧ ਹੀ ਦਿੱਤੇ ਉਹਨੇ ਪਤਾ ਨਹੀਂ ਮੈਨੂੰ ਮੈਂ ਕਿਹੜਾ ਨਾ ਉਦੋਂ ਇੰਨਾ ਚੀਜ਼ਾਂ ਦੀ ਮੈਂ ਨਹੀਂ ਟੈਨਸ਼ਨ ਲੈਂਦੀ ਸੀਗੀ ਬਟ ਉਹਨੇ ਘਰੇ ਫੋਨ ਕੀਤਾ ਮੈਂ ਕਿਹਾ ਤੁਸੀਂ ਕਿੱਥੋਂ ਬੋਲਦੇ ਹੋ ਕਹਿੰਦੇ ਵੀ ਅਸੀਂ ਤੁਹਾਨੂੰ ਗੁਰਦਾਸਪੁਰ ਦੇਖਿਆ ਤੁਸੀਂ ਮਿਲ ਲਏ ਮੈਂ ਕਿਹਾ ਹਾਂਜੀ ਮੈਂ ਗਈ ਸੀਗੀ ਕਹਿੰਦੇ ਵੀ ਮੈਂ ਤੁਹਾਡੇ ਨਾਲ ਵਿਆਹ ਕਰਾਉਣਾ ਮੈਂ ਕਿਹਾ ਵੀ ਮੈਂ ਤਾਂ ਨਹੀਂ ਵਿਆਹ ਮੈਂ ਕਿਹਾ ਮੈਂ ਤਾਂ ਕੰਮ ਕਰਨਾ ਵੀ ਵਿਆਹ ਵੀ ਨਹੀਂ ਕਰਾਉਣਾ ਕਹਿੰਦੇ ਨਹੀਂ ਤੁਸੀਂ ਗਾਈ ਜਾਓ ਮੈਨੂੰ ਕੋਈ ਟੈਨਸ਼ਨ ਨਹੀਂ ਕਹਿੰਦੇ ਵੀ ਅਸੀਂ ਵੀ ਜੱਟ ਹੁੰਦੇ ਕਹਿੰਦਾ ਮੈਨੂੰ ਪਤਾ ਬੋਲਿਆ ਵਧੀਆ ਤਰੀਕੇ ਨਾਲ ਮੁੰਡਾ ਜੱਟ ਹੁੰਦੇ ਕਹਿੰਦਾ ਮੇਰੇ ਕੋਲ ਪਤਾ ਨਹੀਂ ਕਿੰਨੇ ਏਕੜ ਜ਼ਮੀਨ ਹੈਗੀ ਹੈ ਤੇ ਕਹਿੰਦੇ ਮੇਰੀ ਬੇਬੇ ਨੂੰ ਵੀ ਤੁਸੀਂ ਪਸੰਦ ਹੋ ਅੱਛਾ ਮੈਂ ਕਿਹਾ ਅੱਛਾ ਕਹਿੰਦਾ ਵੀ ਕੁੜੀਆਂ ਮੋਸਟਲੀ ਕਹਿੰਦਾ ਗਾਉਣ ਵਾਲੀ ਪਸੰਦ ਨਹੀਂ ਕਰਦੇ ਸਾਡੇ ਕਹਿੰਦੇ ਪਰ ਤੁਸੀਂ ਪਸੰਦ ਆ ਗਏ ਮੈਂ ਤੁਹਾਡੇ ਨਾਲ ਵਿਆਹ ਕਰਾਉਣਾ ਤੇ ਫਿਰ ਮੈਂ ਇਹਨਾਂ ਨੂੰ ਦੱਸਿਆ ਇਹਨਾਂ ਨੂੰ ਟੈਨਸ਼ਨ ਪੈ ਗਈ ਜਿਵੇਂ ਪੰਜਾਬੀ 'ਚ ਕਹਿੰਦੀ ਬਲੱਡ ਵਧਾਤਾ ਇਹਨਾਂ ਦਾ ਤੇ ਇਹ ਫਿਰ ਕਹਿੰਦੇ ਨਹੀਂ ਕਹਿੰਦੇ ਫੋਨ ਨਹੀਂ ਚੁੱਕਣਾ ਆਉਂਦਾ ਮੈਂ ਕਿਹਾ ਵੀ ਘਰੇ ਫੋਨ ਆਉਂਦਾ ਹੈ ਵੀ ਮੈਂ ਤਾਂ ਚੁੱਕਣਾ ਮੈਂ ਅੱਛਾ ਕਿ ਉਹਦੇ ਨਾਲ ਫਿਰ ਬਾਅਦ 'ਚ ਤਾਂ ਨਹੀਂ ਗੱਲ ਹੋਈ ਨਹੀਂ ਹੋਈ 2-3 ਵਾਰੀ ਘਰੇ ਆਉਂਦਾ ਰਿਹਾ ਫਿਰ ਮੈਂ ਉਹਨਾਂ ਨੂੰ ਮੰਨਾ ਕੀਤਾ ਮੈਂ ਕਿਹਾ ਪਲੀਜ਼ ਮੈਨੂੰ ਫੋਨ ਨਾ ਕਰੋ ਅੱਛਾ ਉਹ ਘਰੇ ਆਏ ਤੁਹਾਡੇ ਨਹੀਂ ਨਹੀਂ ਫੋਨ ਹੀ ਆਉਂਦਾ ਰਿਹਾ ਅੱਛਾ ਤੇ ਉਹ ਫਿਰ ਮੇਲਾ ਮੇਰੇ ਜਿੱਥੇ ਵੀ ਹੁੰਦਾ ਸੀ ਨਾ ਜਿਵੇਂ ਗੁਰਦਾਸਪੁਰ ਦੇ ਨੇੜੇ ਕਿਤੇ ਵੀ ਉਹ ਮੇਰੇ ਮੇਲੇ ਵੇਖਣ ਜਾਂਦੇ ਹੁੰਦੇ ਸੀ ਜ਼ਰੂਰ ਅੱਛਾ ਤੇ ਮੈਨੂੰ ਬਾਅਦ 'ਚ ਫਿਰ ਘਰੇ ਆ ਕੇ ਫੋਨ ਮੈਂ ਤੁਹਾਡੇ ਮੇਲਾ ਦੇਖਿਆ ਵੀ ਹੈ ਨਾ ਵੀ ਮੈਂ ਚਲੋ ਅੱਛਾ ਫਿਰ ਉਦੋਂ ਤੁਸੀਂ ਵੀ ਦੇਖਣ ਲੱਗ ਪਿਆ ਵੀ ਆਹੀ ਲੱਗਦਾ ਮੈਨੂੰ ਜਿਹੜਾ ਜ਼ਿਆਦਾ ਵਾਰੀ ਵਾਰੀ ਨੋਟ ਦੇ ਸਿਰ ਨਹੀਂ ਮੈਂ ਨਹੀਂ ਦੇਖਿਆ ਐਕਚੁਅਲੀ ਆ ਚਲੋ ਹੁੰਦਾ ਵਿੱਚ ਅਸੀਂ ਆਰਟਿਸਟ ਆਪਾਂ ਨੂੰ ਕੋਈ ਵੀ ਪਿਆਰ ਮੁਹੱਬਤ ਕਰ ਸਕਦਾ ਨਾ ਬਿਲਕੁਲ ਤੁਸੀਂ ਆਰਟਿਸਟ ਹੋ ਤੁਹਾਨੂੰ ਕੋਈ ਵੀ ਪਿਆਰ ਮੁਹੱਬਤ ਕਰ ਸਕਦਾ ਤੁਸੀਂ ਉਹਨੂੰ ਮਨਨ ਤਾਂ ਨਹੀਂ ਕਰੋਗੇ ਨਾ ਬਿਲਕੁਲ ਠੀਕ ਹੈ ਕਰੀ ਚੱਲ ਕੋਈ ਕਰਮਾ ਨਹੀਂ ਹੁੰਦਾ ਆਰਟਿਸਟ ਵੀ ਹਨਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਮੈਂ ਉਹਨੂੰ ਕਦੀ ਗੁੱਸਾ ਵੀ ਨਹੀਂ ਕੀਤਾ ਸੀਗਾ ਹਨਾ ਤੇ ਮੰਮੀ ਡੈਡੀ ਨੇ ਵੀ ਨਹੀਂ ਕਿਹਾ ਫਿਰ ਇਹਨਾਂ ਨੂੰ ਸੀਗਾ ਥੋੜਾ ਜਿਹਾ ਵੀ ਨਹੀਂ ਕਹਿੰਦੇ ਉਹਨੂੰ ਫੋਨ ਨਹੀਂ ਆਉਣਾ ਚਾਹੀਦਾ ਕਹਿੰਦੇ ਉਹਨੂੰ ਵੀ ਤੂੰ ਫਿਰ ਪਤਾ ਨਹੀਂ ਚਲੋ ਖੈਰ 3-4 ਸਾਲ ਹੋ ਗਏ ਸੀਗੇ ਮੁੜ ਕੇ ਫਿਰ ਤਾਂ ਸਾਡੀ ਜੋੜੀ ਵੀ ਪੱਕੀ ਹੋ ਗਈ ਸੀਗੀ ਡਿਊਟੀ ਚਲੋ ਇਹਨਾਂ ਨਾਲ ਗਾਉਣ ਲੱਗ ਗਈ ਸੀ ਮੈਂ ਡਿਊਟੀ ਵੀ ਨਹੀਂ ਅੱਛਾ ਗਾਉਣਾ ਤਾਂ ਬਹੁਤ ਦੂਰ ਦੀ ਮੈਂ ਸੁਣਦੀ ਵੀ ਨਹੀਂ ਸੀਗੀ ਤੇ ਮੈਂ ਡਿਊਟੀ ਵੀ ਗਾਇਆ ਪਹਿਲੀ ਵਾਰੀ ਇਹਨਾਂ ਨਾਲ ਹੀ ਉਹਨਾਂ ਦੇ ਮਨ ਐਲਬਮਸ ਆਉਂਦੀਆਂ ਸੀ ਫਿਰ ਮੰਗੇ ਬਾਈ ਹੁਣਾਂ ਦੀਆਂ ਜੀ ਕਿਹੜੀਆਂ ਕਿਹੜੀਆਂ ਐਲਬਮਸ ਤੁਹਾਡੇ ਨਾਲ ਗਾਉਂਦੇ ਤੇ ਆਉਣ ਆਈਆਂ ਫਿਰ ਤਾਂ ਮੈਂ ਸਾਡੀ ਇੱਕ ਐਲਬਮ ਸਾਡੀ ਤਿਆਰ ਹੋ ਚੁੱਕੀ ਸੀਗੀ
कोई प्रॉब्लम हो गई सी, वो आए नहीं। साडे ड्यूट सीगा बहुत वधिया उन्होंने किए सके, सुरिंदर भाजी से मैं हूँ याद नहीं है, बड़े वधिया ड्यूट उन्होंने किए सके साडे। उस तो बाद मैरिज हो गई एक्चुअली, मैं एवं लगता मैं शायद थोड़ा जहा ना मैं भुल गई। एक टाइम तो विह करवा है ना भी, चलो मैं भी करवाना है तो ब्याह भी चलो हो गया सी, बहुत औखा होया मन गए सी मेरे बाद च मम्मी डैडी। अच्छा फिर तुसी अपने सहुरे जिहड़े हैगे आ उत्थे किन्ना समा फिर रहिंदे आ, क्योंकि तुसी मैनूं पता लग्गिया वी मोहाली आ गए सी, फिर उत्थों आउण दा कारण की बणदा फिर? कारण तां नहीं, कारण उन्हां दी सहमति नाल होया सारा कुछ, एवें दा कुछ नहीं है ना, ब्याह भी चलो सहमति नाल होया। तो इहनां दा टूर सीगा बाहर साढ़े ब्याह तों 4 महीने बाद, 3-4 महीने सीगे ते इन्हां ने कैनेडा जाना सीगा। ते हुण इह कहिंदे वी चलो नवां नवां ब्याह होया ना, वी चलो वी इत्थे वी तूं की करना है, वी तूं घरे चल जाए चंडीगढ़। चलो मैं भी इन्हां दे 4-5 महीने लगने सीगे बाहर। अच्छा है ना, मैनूं ऐ वी सी चलो मेरी स्टडी सी चलदी है ना, मैं कहा चल मैं अपने भी पेपर दे लूँगी विच, मैं देने सीगे उहदा पेपर। ते ਇਹ ਬਾਹਰ ਚਲ ਜਾਂਦੇ, ਫਿਰ ਮੈਂ ਚਲੋ ਇਹਨਾਂ ਦੀ ਮੰਮੀ ਡੈਡੀ ਦੀ ਸਹਿਮਤੀ ਨਾਲ ਫਿਰ ਮੈਂ ਆਪਣੇ ਘਰੇ ਚਲ ਜਾਂਦੀ। ਜ਼ਿੰਦਗੀ ਫਿਰ ਉਦੋਂ ਬਦਲੀ? ਇੱਕ ਤਾਂ ਜਦੋਂ ਤੁਹਾਡਾ ਇਸ਼ਕ ਮੁਹੱਬਤ ਹੁੰਦਾ ਉਦੋਂ ਇੱਕ ਮੁੰਡੇ ਲਈ ਕੁੜੀ ਦਾ ਰੰਗ ਰੂਪ ਹੋਰ ਹੁੰਦਾ, ਮਿਜ਼ਾਜ ਹੋਰ ਹੁੰਦਾ, ਕੁੜੀ ਲਈ ਮੁੰਡਾ ਹੋਰ ਹੁੰਦਾ, ਪਰ ਜਦੋਂ ਪਤੀ ਪਤਨੀ ਬਣ ਜਾਂਦੇ ਨੇ ਤਾਂ ਕਈ ਗੱਲਾਂ 'ਤੇ ਸਹਿਮਤੀ ਵੀ ਹੁੰਦੀ ਆ, ਸ਼ਿਕਵੇ ਵੀ ਹੁੰਦੇ ਨੇ? ਨਹੀਂ ਹੁੰਦੀ ਹੈ, ਦੇਖੋ ਪਤਾ ਕਿ ਪਿਆਰ ਮੁਹੱਬਤ ਕਦੇ ਨਹੀਂ ਬਦਲਦਾ ਹੈਗਾ, ਲੇਕਿਨ ਹਾਂ ਜਦੋਂ ਤੁਹਾਡਾ ਤੁਸੀਂ ਇੱਕ ਰਿਸ਼ਤੇ 'ਚ ਅੱਗੇ ਮਤਲਬ ਪਤੀ ਪਤਨੀ ਬਣ ਜਾਂਦੇ ਹੋ ਨਾ, ਜਾਂ ਤੁਸੀਂ ਮਾਂ ਪਿਓ ਬਣਦੇ ਹੋ, ਫਿਰ ਤੁਹਾਡੀ ਜ਼ਿੰਮੇਵਾਰੀਆਂ ਪੈਂਦੀਆਂ ਹੈ ਨਾ, ਉਹ ਜ਼ਿੰਮੇਵਾਰੀਆਂ ਨਿਭਾਉਣੀਆਂ ਚਲੋ ਹੁੰਦਾ ਹੈ, ਠੀਕ ਹੈ, ਉੱਪਰ ਨੀਚੇ ਹੈ ਨਾ ਕਦੀ। ਮੰਗੇ ਬਾਈ ਦੇ ਗੀਤਾਂ 'ਚ ਨਾ ਦਾਰੂ ਦਾ ਜ਼ਿਕਰ ਬਹੁਤ ਹੋਇਆ, ਬਹੁਤ, ਜਿਵੇਂ ਉਹ ਕਹਿੰਦਾ ਸੀ ਉਹਨਾਂ ਬਾਈ ਹੋਣਾ ਦਾ ਇੱਕ ਗੀਤ ਹੈ ਵੀ ਸ਼ੌਂਕੀ ਦਾਰੂ ਦੇ ਦੁੱਧ ਦਾ ਗਲਾਸ ਧਰ ਗਈ। ਹਾਂਜੀ, ਜੱਟੀ ਦੁੱਧ ਦਾ ਗਲਾਸ ਧਰ ਗਈ, ਜੱਟ ਸ਼ੌਂਕੀ ਦਾਰੂ ਦਾ ਸਰਾਣੇ ਦੁੱਧ ਦਾ ਗਲਾਸ ਤਾਂ। ਹਾਂਜੀ, ਇੱਦਾਂ ਦਾ ਗੀਤ ਜੀ ਹੈਗਾ। ਇੱਕ ਫਿਰ ਉਹਨਾਂ ਦਾ ਗੀਤ ਮਿਸ ਪੂਜਾ ਨਾਲ ਹੈ ਵੀ ਅੱਜ ਕੀ ਭੂਤ ਪਬਾਲੀ ਚੜ ਗਈ ਵੇ ਪੈਗ ਸਿਖਰ ਤੇ, ਪੈਗ ਸਿਖਰ ਤੇ ਪੈਰੇ ਲਾਇਆ, ਉਹ ਕਹਿੰਦਾ ਤੂੰ ਖੁਸ਼ ਹੋ ਮੇਰੀ ਜਾਨੇ ਨਹੀਂ ਮੈਂ ਨਕਲੀ ਨੋਟ ਚਲਾਇਆ। ਜੀ ਜੀ ਹਾਂਜੀ। ਅੱਛਾ, ਦਾਰੂ ਨਾਲ ਬਾਈ ਹੁਣਾਂ ਦਾ ਰਿਸ਼ਤਾ ਕੁਛ ਰਿਹਾ? ਦਾਰੂ ਨਾਲ ਰਿਸ਼ਤਾ ਹਾਂਜੀ ਰਿਹਾ ਹੀ ਹੈ, ਲਾਉਂਦੇ ਸੀਗੇ ਚਲੋ ਸ਼ਾਮੀ ਵੇਲੇ ਤਾਂ ਸਾਰੇ ਚਲੋ ਸਰਕਲ ਹੈ ਲੈ ਹੀ ਲੈਂਦੇ ਹਾਂ ਬੰਦਾ। ਅੱਛਾ, ਇਸ ਚੀਜ਼ ਦਾ ਪਤਾ ਤੁਹਾਨੂੰ ਵਿਆਹ ਤੋਂ ਬਾਅਦ ਲੱਗਿਆ ਜਾਂ ਪਹਿਲਾਂ ਬੁਲਾ ਗਿਆ ਸੀ? ਨਹੀਂ ਪਹਿਲਾਂ ਨਹੀਂ ਸੀਗਾ ਇੰਨਾ, ਚਲੋ ਖੈਰ ਹੈ ਨਾ ਸੀਗਾ, ਬਾਅਦ 'ਚ ਚਲੋ ਬਾਅਦ 'ਚ ਵੀ ਇੰਨਾ ਨਹੀਂ ਸੀਗਾ, ਆਪਾਂ ਕਹਿੰਦੇ ਹੁਣ ਵੀ ਚਲੋ ਥਕਾਵਟ ਹੈ ਸਾਰੇ ਚਲੋ ਬੈਠੇ ਹੈ ਯਾਰ ਮਿੱਤਰ ਹੈ ਨਾ। ਨਹੀਂ ਫਿਰ ਤੁਸੀਂ ਇਸ ਗੱਲ ਦਾ ਅਕਸਰ ਹੀ ਅਕਸਰ ਜਦੋਂ ਅਸੀਂ ਇੰਟਰਵਿਊ ਜਾਂ ਉਹ ਵੀ ਨਿੱਜੀ ਜ਼ਿੰਦਗੀ ਤਾਂ ਫਿਰ ਬੁੜੀਆਂ ਕਹਿੰਦੀਆਂ ਫਿਰ ਅਸੀਂ ਤਾਂ ਪੈਗ ਲਾਉਂਦੀਆਂ ਨਹੀਂ ਫਿਰ ਅਸੀਂ ਕਿਵੇਂ ਬਚਦੀਆਂ? ਨਹੀਂ ਕਹਿੰਦੇ ਸੀਗੇ, ਸਹੀ ਗੱਲ ਹੈ, ਨਹੀਂ ਬਚ ਜਾਂਦੀ ਲੇਡੀ ਤਾਂ ਬਚ ਜਾਂਦੀ ਹੈ ਪੈਗ ਤੋਂ ਬਗੈਰ ਉਹਦੀ ਜ਼ਿੰਦਗੀ। ਬੰਦਾ ਕਹਿੰਦਾ ਇਨਸਾਨ ਜੋ ਮਤਲਬ ਆਪਣਾ ਮਰਦ ਪ੍ਰਧਾਨ ਸਮਾਜ ਉਹ ਕਹਿੰਦਾ ਅਸੀਂ ਥੱਕ ਕੇ ਆਏ ਸਾਨੂੰ ਪੈਗ ਦੀ ਜ਼ਰੂਰਤ ਹੈ, ਇੱਕ ਲਾਲੀ ਚਾਹੇ ਦੋ ਲਾਲੀ ਹੈ, ਲੇਡੀ ਨਹੀਂ ਕਹਿ ਸਕਦੀ ਨਾ ਵਿਚਾਰੀ। ਅੱਛਾ, ਤੇ ਫਿਰ ਇਸ ਗੱਲ ਨੂੰ ਲੈ ਕੇ ਕਦੇ ਨਹੀਂ ਜ਼ਿਆਦਾ ਵਿਰੋਧ ਨਹੀਂ ਕਰਦੇ ਸੀ? ਨਹੀਂ ਕਦੇ ਵੀ ਨਹੀਂ, ਹੀਰੇ ਖੁਰੇ ਕੱਟ ਦਿੰਦੇ ਸੀ? ਹਾਂ ਬਿਲਕੁਲ ਬਿਲਕੁਲ, ਉਹ ਪੂਰੀ ਸੇਵਾ ਕਰਦੇ ਸੀ, ਕੋਈ ਟੈਨਸ਼ਨ ਨਹੀਂ। ਯਾਰ ਮਿੱਤਰ ਵੀ ਨਾਲ ਸੀ ਉਹਨਾਂ ਦਾ, ਫਰੈਂਡ ਸਰਕਲ ਸਾਰਾ ਵਧੀਆ ਸੀਗਾ, ਸਾਰੇ ਆਉਂਦੇ, ਇਹ ਵੀ ਜਾਂਦੇ ਸੀਗੇ, ਉਹ ਵੀ ਆਉਂਦੇ ਸੀ, ਬੈਠੇ ਚਲੋ ਖਾਣ ਪੀਣ ਠੀਕ ਹੈ। ਅਸੀਂ ਇਹਨਾਂ ਨੇ ਵਿਆਹ ਤੋਂ 2 ਸਾਲ ਦਾਰੂ ਨਹੀਂ ਪੀਤੀ ਮੇਰੇ ਪ੍ਰੋਮਿਸ ਕਰਕੇ, ਮੈਂ ਕਿਹਾ ਦਾਰੂ ਤੁਹਾਨੂੰ ਛੱਡਣੀ ਪੈਣੀ ਹੈ, ਚਲੋ ਇਹਨਾਂ ਨੇ ਛੱਡ ਕੇ ਰੱਖੀ 2 ਸਾਲ। ਅਤੇ ਤੁਸੀਂ ਮੰਨ ਉਹੀ ਜਦੋਂ ਅਸੀਂ ਜਾਣਾ ਕਿਤੇ ਵਿਆਹਾਂ ਵਿਆਹਾਂ 'ਚ ਬਾਅਦ 'ਚ ਵੀ ਅਤੇ ਇਹਨਾਂ ਦਾ ਪ੍ਰੋਗਰਾਮ ਵੀ ਹੋਣਾ ਉੱਥੇ, ਫਿਰ ਚੱਲ ਪੈਂਦਾ ਬਾਹਰੋਂ ਆਏ ਬਾਈ ਜੀ ਚਲੋ ਇੱਕ ਲਾ ਲਓ ਸਾਡੇ ਮੇਰੇ ਨਾਮ 'ਤੇ ਲਾ ਲਓ ਬਾਈ ਜੀ। ਮੈਨੂੰ ਲੱਗਦਾ ਵੀ ਸ਼ਾਇਦ ਕਲਾਕਾਰ ਨੂੰ ਆਪਣਾਪਣ ਦਿਖਾਉਣ ਲਈ ਲੋਕ ਧੱਕੇ ਨਾਲ ਦਾਰੂ ਪਿਆਉਂਦੇ। ਨਹੀਂ ਇਹਨਾਂ ਨੇ ਛੱਡੀ ਸੀ, ਮੈਂ ਐਵੇਂ ਨਹੀਂ ਕਹਿੰਦੀ, ਇਹਨਾਂ ਨੇ ਛੱਡ ਕੇ ਰੱਖੀ 2-2.5 ਸਾਲ ਇਹਨਾਂ ਨੇ ਪੀਤੀ ਨਹੀਂ ਵਿਆਹ ਤੋਂ ਬਾਅਦ ਹੈ ਨਾ, ਅਤੇ ਮੈਨੂੰ ਪਤਾ ਨਹੀਂ ਪੀਤੀ, ਕਿਉਂਕਿ ਜਿਹੜੇ ਵੀ ਮਜੀਸ਼ੀਅਨ ਸੀਗੇ ਸਾਰਾ ਸਰਕਲ ਤਾਂ ਮੇਰਾ ਸੀਗਾ ਹੈ ਨਾ, ਮੈਂ ਕਿਹਾ ਮੈਨੂੰ ਤਾਂ ਕਿਤੋਂ ਵੀ ਪਤਾ ਚੱਲ ਜਾਏਗਾ। ਇਹ ਕਹਿੰਦੇ ਮੈਂ ਸੱਚੀ ਨੂੰ ਚਲੋ ਵੀ ਨੇਮ ਪਾ ਤਾ, ਨਹੀਂ ਪੀਂਦਾ ਨਹੀਂ ਪੀਂਦੇ ਸੀਗੇ, ਅਤੇ ਪਰ ਕੋਈ ਬਾਹਰੋਂ ਆ ਗਿਆ ਜਾਂ ਕੋਈ ਤੁਹਾਡੇ ਇੱਥੋਂ ਸਰਕਲ ਹੈ ਕੋਈ ਦੂਰੋਂ ਹੈ, ਤੁਸੀਂ ਕਹਿੰਦੇ ਵੀ ਸੇਵਾ ਪਾਣੀ ਕਰਨੀ ਹੈ, ਸੇਵਾ ਪਾਣੀ ਤਾਂ ਉਹਦੇ ਨਾਲ ਹੀ ਹੁੰਦੀ। ਕਹਿੰਦੇ ਕਹਿੰਦੇ ਕੌਣ ਕਹਿੰਦੇ? ਕੋਲਡ ਡਰਿੰਕ, ਇਹ ਕਹਿੰਦੇ। ਅੱਛਾ, ਕਹਿੰਦੇ ਕੋਲਡ ਡਰਿੰਕ ਨਾਲ ਥੋੜ੍ਹੀ ਸੇਵਾ ਪਾਣੀ ਹੋ ਗਿਆ, ਦੁੱਧ ਨਾਲ ਥੋੜ੍ਹੀ ਸੇਵਾ ਪਾਣੀ ਹੋ ਗਈ, ਠੀਕ ਹੈ। ਮੈਂ ਕਿਹਾ ਠੀਕ ਹੈ ਚਲੋ। ਅੱਛਾ, ਫਿਰ ਉਦੋਂ ਜਦੋਂ ਘਰ ਵਾਲਾ ਹੁੰਦਾ ਨਾ ਤੇ ਉਦੋਂ ਜਿਹੜੀ ਜ਼ਿੰਦਗੀ 'ਚ ਇੱਕ ਬਹਾਰ ਜੀ ਹੁੰਦੀ ਆ, ਫਿਰ ਉਦੋਂ ਘੁੰਮਣਾ ਫਿਰਨਾ ਜ਼ਿੰਦਗੀ ਕਿੱਦਾਂ ਚੱਲਦੀ ਸੀ ਫਿਰ? ਉਦੋਂ ਘੁੰਮਣਾ ਫਿਰਨਾ ਇਹਨਾਂ ਕੋਲ ਟਾਈਮ ਨਹੀਂ ਸੀਗਾ, ਅਤੇ ਮੈਂ ਟਾਈਮ ਕੱਢਦੀ ਸੀ ਇਹਨਾਂ ਦੀ ਲਾਈਫ 'ਚੋਂ ਵੀ ਤੁਸੀਂ ਜਾਣਾ ਹੀ ਜਾਣਾ, ਠੀਕ ਹੈ, ਕਿ ਬੱਚਿਆਂ ਨਾਲ ਦੇਖੋ ਮੈਨੂੰ ਨਹੀਂ ਸੀਗਾ ਪਤਾ ਹੈ ਨਾ ਵੀ ਇਹਨਾਂ ਨੇ ਇੰਨੀ ਜਲਦੀ, ਇਹਨਾਂ ਦਾ ਟਾਈਮ ਇੰਨਾ ਘੱਟ ਕਦੀ ਵੀ ਨਹੀਂ ਸੋਚਿਆ ਸੀਗਾ, ਬਟ ਮੈਨੂੰ ਅੱਜ ਜਦੋਂ ਮੈਂ ਮਹਿਸੂਸ ਕਰਦੀ ਵੀ ਨਹੀਂ ਵੀ ਅਸੀਂ ਕਿਤੇ ਵੀ ਚਲੋ ਸਥਾਨਾਂ 'ਤੇ ਗਏ ਹਾਂ, ਗੁਰਦੁਆਰਾ ਸਾਹਿਬ ਗਏ ਹਾਂ ਜਾਂ
कितने भी असं हिल स्टेशन गए बच्चों नूं लेके है ना हिल स्टेशन ते तो मैं पहाड़ बहुत वधिया लगते इन्हों नूं पता सी है ना तो टाइम कढ़ लैंदे हुंदे सी भी नहीं चलो जाके आवांगे भी उत्थे जाके सुकून मिलता है ना भी लाइफ इन्नी तनाव भरी हो जाती है मैं देखा जो गीत आते हैं बाई के वे गाने आते हैं भी कद छट गई पढ़ाइया मर जा चादर गीत आ जिपसी गीत आ मुलाकात गीत आ ਇਹ ਸਾਰੇ ਵੱਡੇ ਗਾਣੇ ਆਉਂਦੇ ਨੇ ਫਿਰ ਉਦੋਂ ਜ਼ਿੰਦਗੀ ਚੇਂਜ ਤਾਂ ਬਹੁਤ ਦੇਖਿਆ ਹੋਣਾ ਫਿਰ ਬਿਲਕੁਲ ਨੀਚੇ ਬਹੁਤ ਜ਼ਿਆਦਾ ਇਹ ਮਤਲਬ ਕਿ ਬਹੁਤ ਉਹ ਯਾਦ ਕਰਕੇ ਨਾ ਹੁਣ ਕੀ ਉਦੋਂ ਤਾਂ ਮਤਲਬ ਮੰਗੇ ਦੇ ਆਲੇ ਦੁਆਲੇ ਲੋਕਾਂ ਦਾ ਘੇਰਾ ਬਹੁਤ ਸੀਗਾ ਲੋਕ ਲੱਭਦੇ ਹੋਣਗੇ ਲੱਭਦੇ ਜੀ ਬਿਲਕੁਲ ਫੋਨ ਤੇ ਫੋਨ ਫੋਨ ਤੇ ਫੋਨ ਅੱਛਾ ਕਰੇ ਕਦੀ ਕੋਈ ਕਦੀ ਕੋਈ ਕਦੀ ਕੋਈ ਉਹ ਟਾਈਮ ਅੱਛਾ टाइम वापस नहीं आ सकता हुण कदे भी नहीं आ सकता जिंदगी च पर उस तो बाद तुसी जिवें मैं तंगियां दी गल शुरू च कीती है फिर एक टाइम वह आया जो तुसी औखा वेला भी हंडाया तो फिर वह चीज़ा तुहानू किन्ना कु परेशान करदियां रहियां जां कल्ले उठ के कदे रातां नू फिर रोण दी भी नौबत आई इस तरह भी वापरिया जी नहीं रातां नू चलो भी एक पति दा आसरा हुंदा ही है ना बिल्कुल हुंदा क्यों नहीं हुंदा जदों तो साडा लाइफ पार्टनर ही चला जांदा है मैं स्ट्रोंग आ मैं खड़ी हां ना मैं हस के भी खड़दी हां ते कई लोग के कह भी दने भी तू हसदी रहनी है ना ठीक है मैं हसदी रहनी मैं मैनु सच्चाइयां दा पता है मैं ड्रामा तो नहीं करदी ना ठीक मैं नहीं कहंदी मैनू रोना नहीं आंदा मैं रोनी हां कल्ली हुंनी उदों रोनी हां अच्छा बच्चा सामने करदी ਤੇ ਜਦੋਂ ਮੰਗੇ ਬਾਈ ਦੀ ਫਿਰ ਪਹਿਲੀ ਬੇਟੀ ਹੁੰਦੀ ਹੈ ਫਿਰ ਉਦੋਂ ਮੰਗੇ ਬਾਈ ਹੁਣੇ ਕਿੱਦਾਂ ਦਾ ਵਿਹਾਰ ਹੁੰਦਾ ਬਹੁਤ ਬਹੁਤ ਖੁਸ਼ ਸੀ ਕਿ ਪਹਿਲੀ ਬੇਟੀ ਦਾ ਨਾਮ ਹਰਗੁਣ ਹੈ ਜੀ ਇਹ ਬਾਈ ਹੁਣਾਂ ਨੇ ਰੱਖਿਆ ਜੀ ਨਾਮ ਰਾਜ ਬਰਾੜ ਭਾਜੀ ਹੋਰਾਂ ਨੇ ਰੱਖਿਆ ਸੀਗਾ ਅੱਛਾ ਉਹ ਆਏ ਵੇ ਸੀ ਇੱਥੇ ਜਾਂ ਕਿੱਦਾਂ ਮਤਲਬ ਨਹੀਂ ਮਿਲਦੇ ਡੇਲੀ ਆਉਂਦੇ ਹੁੰਦੇ ਸੀਗੇ ਅਸੀਂ ਮੋਹਾਲੀ ਰਹਿੰਦੇ ਸੀਗੇ ਰਾਜ ਬਰਾੜ ਭਾਜੀ ਡੇਲੀ ਆਉਣਾ ਜਾਣਾ ਸੀਗਾ ਇਹ ਵੀ ਉਹਨਾਂ ਦੇ ਘਰੇ ਜਾਂਦੇ ਹੁੰਦੇ ਸੀਗੇ ਸਾਡੇ ਫੈਮਿਲੀ ਰਿਲੇਸ਼ਨ ਸੀਗੇ ਵਧੀਆ ਉਹਨਾਂ ਨਾਲ ਤੇ ਫਿਰ ਬੇਟੀ ਨਾ ਤੇ ਕਹਿੰਦੇ ਵੀ ਬੇਟੀ ਹੋਈ ਮੈਨੂੰ ਬੜੀ ਖੁਸ਼ੀ ਹੋਈ ਕਿ ਐਕਚੁਅਲੀ ਚਲੋ ਹੁੰਦਾ ਘਰਦਿਆਂ ਨੇ ਸੀਗਾ ਵੀ ਮੁੰਡਾ ਹੋਣਾ ਚਾਹੀਦਾ ਹੈ ਤੇ ਮੈਨੂੰ ਇੰਨੀ ਖੁਸ਼ੀ ਸੀ ਵੀ ਮੇਰੀ ਬੇਟੀ ਹੋਈ ਹੈ ਅਤੇ ਮੈਂ ਇੰਨਾ ਸ਼ੁਕਰੀਆ ਅਦਾ ਪਤਾ ਨਹੀਂ ਮੈਨੂੰ ਪਰਮਾਤਮਾ ਸੀਗਾ ਵੀ ਗੋਡ ਨਾਲ ਸ਼ੁਕਰੀਆ ਵੀ ਮੇਰੇ ਵਾਹਿਗੁਰੂ ਮੈਨੂੰ ਬੇਟੀ ਚਾਹੀਦੀ ਸੀ ਮੈਨੂੰ ਨਹੀਂ ਪਤਾ ਨਾ ਅਤੇ ਮੇਰੇ ਨਾਲ ਜ਼ਿਆਦਾ ਖੁਸ਼ੀ ਇਹਨਾਂ ਨੂੰ ਸੀਗੀ ਠੀਕ ਹੈ ਨਾਲੇ ਕਹਿੰਦੇ ਵੀ ਬਾਈ ਨੂੰ ਦੱਸਦਾ ਫਿਰ ਇਹਨਾਂ ਨੇ ਕਹਿੰਦੇ ਨਾਮ ਅਸੀਂ ਗੁਰਦੁਆਰੇ ਮੇਰੀ ਭੈਣਾਂ ਦਾ ਵਿਆਹ ਸੀਗਾ ਤੇ ਕਹਿੰਦੇ ਗੁਰਦੁਆਰੇ 'ਚ ਕਢਾਵਾਂਗੇ ਵਿਆਹ ਮਤਲਬ ਕਿ ਇਹਨਾਂ ਨਾਮ ਬੇਟੀ ਦਾ ਫਿਰ ਨਿਕਲਿਆ ਹਾਹਾ ਫਿਰ ਇਹਨਾਂ ਨੇ ਬਾਈ ਜੀ ਨੂੰ ਫੋਨ ਕੀਤਾ ਰਾਜ ਬਰਾੜ ਭਾਜੀ ਨੂੰ ਤੇ ਕਹਿੰਦੇ ਵੀ ਨਿਕਲਿਆ ਹਾਹਾ ਨਿਕਲਿਆ ਫਿਰ ਕਹਿੰਦੇ ਹਰ ਗੁਣ ਰੱਖ ਲਿਆ ਤੇਰੀ ਬੇਟੀ 'ਚ ਤਾਂ ਸਾਰੇ ਗੁਣ ਹੋਣਗੇ ਮੰਗੇ ਹੈ ਨਾ ਫਿਰ ਖੁਸ਼ ਹੋਏ ਬੜੇ ਕਹਿੰਦੇ ਠੀਕ ਹੈ ਹਰ ਗੁਣ ਠੀਕ ਹੈ ਬੇਟੀ ਨਾਲ ਬਹੁਤ ਸੀਗਾ ਅੱਛਾ ਬਾਈ ਹੁਣਾਂ ਦੀ ਮੈਂ ਇੰਟਰਵਿਊ ਵੀ ਦੇਖਦਾ ਤਾਂ ਕਹਿੰਦੇ ਬੇਟੀਆਂ ਨਾਲ ਮੇਰਾ ਬਹੁਤ ਪਿਆਰ ਸੀ ਤਾਂ ਫਿਰ ਬੇਟੀਆਂ ਅੱਜ ਮਹਿਸੂਸ ਤਾਂ ਕਰਦੀਆਂ ਬਹੁਤ ਹੁੰਦਾ ਦੁੱਖ ਜੀ ਅੱਜ ਜਦੋਂ ਕਿਤੇ ਬਾਪ ਦਾ ਜਿਹੜਾ ਹੱਥ ਆ ਉਹ ਸਿਰ ਤੇ ਨਾ ਹੋਵੇ ਤਾਂ ਮੈਨੂੰ ਖੁਦ ਹੁੰਦਾ ਮੈਂ ਖੁਦ ਦੇਖਦੀ ਹਾਂ ਨਾ ਵੀ ਚਲੋ ਬੱਚਿਆਂ ਕਰਕੇ ਬਹੁਤ ਔਖਾ ਲੱਗਦਾ ਕਈ ਵਾਰੀ ਕਿਉਂਕਿ ਇੱਕ ਸਮਾਜ ਹੁਣ ਬੇਟੀ ਵੱਡੀ ਹੋ ਗਈ ਨਾ ਬਹੁਤ ਫੀਲ ਪਾਪਾ ਨੂੰ ਬਹੁਤ ਮਿਸ ਕਰਦੀ ਆ ਵੱਡੀ ਵਾਲੀ ਵੱਡੀ ਹੋ ਗਈ ਨਾ ਤੇ ਉਹ ਵੀ ਮੇਰਾ ਵੀ ਹੈਗਾ ਵੀ ਬੇਟੀਆਂ ਕਿਤੇ ਵੀ ਮੈਂ ਕੋਈ ਮਿਊਜ਼ਿਕ ਸੁਣ ਲੈਂਦੀ ਹਾਂ ਨਾ ਵੀ ਚਲੋ ਵੀ ਬਾਪ ਹੋਣਾ ਜ਼ਰੂਰੀ ਹੈ ਕਿਤੇ ਵੀ ਮੈਂ ਬੈਠੀ ਹੋਵਾਂ ਵੀ ਮੈਨੂੰ ਮੈਂ ਬਹੁਤ ਔਖਾ ਰੋਕਦੀ ਹਾਂ ਆਪਣੇ ਆਪ ਨੂੰ ਉੱਥੇ ਨਾ ਵੀ ਮੈਂ ਹੱਸ ਕੇ ਹੀ ਸਾਰ ਦਿੰਦੀ ਹਾਂ ਬਟ ਮੈਨੂੰ ਹੁੰਦਾ ਵੀ ਹਾਂ ਵੀ ਨਹੀਂ ਪਿਓ ਹੋਣਾ ਬਹੁਤ ਜ਼ਰੂਰੀ ਬੇਟੀਆਂ ਲਈ ਖਾਸ ਕਰਕੇ ਔਰਤ ਦੇ ਨਾਲ ਵਿਹਾਰ ਫਿਰ ਲੋਕਾਂ ਦਾ ਬਦਲ ਵੀ ਜਾਂਦਾ ਬਿਲਕੁਲ ਬਿਲਕੁਲ ਬਦਲਿਆ ਜੀ ਬਹੁਤ ਬਦਲਿਆ ਕਈ ਮਾੜੇ ਲੋਕ ਵੀ ਆਉਂਦੇ ਨੇ ਮਾੜੇ ਵੀ ਆਏ ਚੰਗੇ ਵੀ ਆਏ ਬਟ ਮੈਂ ਆਪਣੇ ਆਪ ਨੂੰ ਨਹੀਂ ਬਦਲਿਆ ਠੀਕ ਹੈ ਦੇਖੋ ਦੁਨੀਆਂ ਤਾਂ ਮਾੜੀ ਚੰਗੀ ਦੋਨਾਂ ਤਰ੍ਹਾਂ ਦੀ ਹੈਗੀ ਹੈ ਨਾ ਮੈਂ ਆਪਣੀ ਫਿਤਰਤ ਕਦੇ ਨਹੀਂ ਬਦਲੀ ਮੈਂ ਹੱਸ ਕੇ ਰਹੀ ਹਾਂ ਸਟਰੋਂਗ ਰਹੀ ਹਾਂ ਮੈਂ ਉਵੇਂ ਹੀ ਰਹਿਣਾ ਹੈ ਅੱਛਾ ਮੈਨੂੰ ਪਰਵਾਹ ਨਹੀਂ ਹੈਗੀ ਕਿਸੇ ਦੀ ਅੱਛਾ ਮੈਂ ਸਟਰੋਂਗ ਮੈਂ ਠੀਕ ਹੈ ਆਪਣੇ ਗੁਰਾਂ ਦੀ ਲੜ ਲੱਗੀ ਹੋਈ ਹਾਂ ਉਹ ਖੜਦਾ ਮੇਰੇ ਨਾਲ ਮੇਰੇ ਪਰਮਾਤਮਾ ਅਤੇ ਇਹਨਾਂ ਦੇ ਫਰੈਂਡ ਸਰਕਲ ਵੀ ਖੜਿਆ ਮੈਂ ਨਹੀਂ ਕਹਿੰਦੀ ਸਾਰੇ ਜਿੰਨੇ ਯੋਗੀ ਹੈਗੇ ਆ ਉਹ ਖੜੇ ਆ ਸਾਰੇ ਮੇਰੇ ਦੋਸਤ ਮਿੱਤਰ ਵੀ ਖੜੇ ਆ ਬਟ ਪਤਾ ਕੀ ਹੈ ਸਾਰੇ ਆਪਣੇ ਆਪਣੀ ਲਾਈਫ 'ਚ ਬਿਜ਼ੀ ਕਿਸ ਕਦੋਂ ਨਾ ਉਹ ਹੋ ਜਾਂਦੇ ਆ ਹੈ ਨਾ ਅਤੇ ਮੈਂ ਉਮੀਦ ਨਹੀਂ ਮੈਂ ਉਮੀਦ ਕਦੀ ਵੀ ਨਹੀਂ ਕੀਤੀ ਕਿਸੇ ਦੀ ਅੱਛਾ ਪਰ ਨਹੀਂ ਮੇਰੇ ਨਾਲ ਜਿਹੜੇ ਖੜੇ ਆ ਮੈਂ ਉਹਨਾਂ ਦਾ ਵੀ ਹਮੇਸ਼ਾ ਮਤਲਬ ਉਹਨਾਂ ਨੂੰ ਦੁਆਵਾਂ ਹੀ ਦਿੰਦੀ ਚਲੋ ਮੇਰੇ ਔਖੇ ਟਾਈਮ ਨਹੀਂ ਪਰ ਉਹ ਚੀਜ਼ ਕਦੇ ਤਾਂ ਤੁਹਾਨੂੰ ਲੱਗਦੀ ਹੋਣੀ ਆ ਵੀ ਅਸੀਂ ਤਾਂ ਖੁੱਲੇ ਖਰਚੇ ਕਰ ਲਏ ਮੈਂ ਤੇ ਮੰਗੇ ਨੇ ਅੱਜ ਜਦੋਂ ਬੇਟੀਆਂ ਦਾ ਵਕਤ ਆਇਆ ਤਾਂ ਹੱਥ ਬੁਰਾ ਘੁੱਟ ਕੇ ਬਿਲਕੁਲ ਲੱਗਦਾ ਹੈ ਬਹੁਤ ਖੁੱਲੇ ਖਰਚੇ ਸਹੀ ਗੱਲ ਹੈ ਕਿਉਂਕਿ ਪ੍ਰੋਗਰਾਮ ਦੋ ਦੋ ਵੀ ਲੱਗਦੇ ਹੁੰਦੇ ਸੀਗੇ ਇੱਕ ਦਿਨ 'ਚ ਪ੍ਰੋਗਰਾਮ ਲੱਗਣੇ ਨਾ ਨਹੀਂ ਖੁੱਲੇ ਵੀ ਖਰਚੇ ਹੁੰਦੇ ਆ ਤਾਂ ਚਲੋ ਵੈਸੇ ਵੀ ਉਦੋਂ ਐਂ ਹੁੰਦਾ ਵੀ ਚਲੋ ਇੱਕ ਮੀਆਂ ਬੀਵੀ ਹੁੰਦੀ ਆ ਗਾਇਕ ਦੀ ਲਾਈਫ ਹੋਰ ਹੁੰਦੀ ਆ ਪਰ ਅੱਜ ਕਿਤੇ ਨਾ ਕਿਤੇ ਤੁਸੀਂ ਉਹਨਾਂ ਚੀਜ਼ਾਂ ਨੂੰ ਤਾਂ ਮਹਿਸੂਸ ਕਰਦੇ ਹੋਗੇ ਅੱਜ ਬੇਟੀਆਂ ਜੇ ਹੁੰਦਾ ਬਾਪ
ਔਰਤਾਂ ਆਪਣੀਆਂ ਬੇਟੀਆਂ ਨੂੰ ਜੋ ਉਹਨਾਂ ਦੀ ਇੱਛਾ ਸੀ ਉਹ ਹਨਾ ਕਿਉਂਕਿ ਬਾਪ ਦੇ ਹੱਕ ਜ਼ਿਆਦੇ ਹੁੰਦਾ ਧੀ ਦਾ ਬਿਲਕੁਲ ਬਹੁਤ ਇਹ ਤਾਂ ਛੋਟੇ ਹੁੰਦੇ ਵੀ ਜਦੋਂ ਹੈ ਨਾ ਵੀ ਡੈਡੀ ਆ ਲੈਣਾ ਛੋਟੀ ਬੇਟੀ ਮੈਨੂੰ ਨਹੀਂ ਕਹਿੰਦੀ ਸੀਗੀ ਬਟ ਡੈਡੀ ਆ ਲੈ ਕੇ ਦੋ ਲੈ ਕੇ ਸਵੇਰੇ ਮਤਲਬ 7 ਵਜੇ ਇਹਨਾਂ ਨੇ ਚਲ ਜਾਣਾ ਮਾਰਕੀਟ ਸੀਗੇ ਮੋਹਾਲੀ ਇਹਨਾਂ ਸਾਹਮਣੇ ਲਿਆ ਕੇ ਦੇਣਾ ਸਾਰਾ ਕੁਛ ਅਤੇ ਬੇਟੀਆਂ ਨਾਲ ਤਾਂ ਬਹੁਤ ਸੀਗਾ ਪਤਾ ਨਹੀਂ ਮੈਂ ਉਹ ਕਹਿੰਦੀ ਵੀ ਬੰਦੇ ਦੀ ਦੇਖੋ ਤੁਹਾਡੀ ਜਾਨ ਕਿਵੇਂ ਨਿਕਲੀ ਹੋਣੀ ਤੁਹਾਨੂੰ ਨਹੀਂ ਪਤਾ ਤੁਸੀਂ ਆਪਣੀ ਬੇਟੀਆਂ ਨੂੰ ਛੱਡ ਕੇ ਜਾ ਰਹੇ ਹੋ ਪਰ ਤੁਹਾਡੇ ਹੱਥ ਵੱਸ ਨਹੀਂ ਨਾ ਹੈਗਾ ਜਦੋਂ ਤੁਹਾਨੂੰ ਤੁਹਾਡੀ ਰੂਹ ਨਿਕਲਦੀ ਹੈ ਤੁਹਾਡੀ ਬਾਡੀ 'ਚੋਂ ਅਤੇ ਬੰਦੇ ਨੂੰ ਪਤਾ ਤਾਂ ਆਪਣਾ ਪਰਿਵਾਰ ਛੱਡ ਕੇ ਜਾ ਰਿਹਾ ਪਿੱਛੇ ਮੰਗੇ ਬਾਈ ਹੁਣਾਂ 'ਤੇ ਕੇਸ ਵੀ ਕੋਈ ਪੈ ਜਾਂਦਾ ਹੈ ਉਹ ਤੇ ਕੇਸ ਹਾਂਜੀ ਉਹ ਪੈਂਦਾ ਤਾਂ ਉਹਨੇ ਕਿਹਾ ਜਾਂਦਾ ਵੀ ਬਹੁਤ ਲਾਈਫ ਨੂੰ ਚੇਂਜ ਕਰਿਆ ਮੰਗਾ ਟੈਨਸ਼ਨ 'ਚ ਰਹਿਣ ਲੱਗ ਪਿਆ ਸੀ ਚਲੋ ਕੇਸ ਨੇ ਸਾਡੀ ਜ਼ਿੰਦਗੀ ਕਾਫੀ ਬਦਲੀ ਹੈ ਨਾ ਵੀ ਮੈਂ ਬਲੇਮ ਨਹੀਂ ਕਰ ਸਕਦੀ ਕਿਸੇ ਨੂੰ ਨਾ ਵੀ ਕੀ ਕਹਿਣਾ ਕਿਸੇ ਨੂੰ ਚਲੋ ਸਾਡਾ ਹੀ ਟਾਈਮ ਮੈਂ ਕਹਿੰਦੀ ਵੀ ਸਾਡਾ ਹੀ ਟਾਈਮ ਮਾੜਾ ਸੀਗਾ ਦੋਨਾਂ ਦਾ ਨਾ ਵੀ ਕੇਸ ਪੈ ਗਿਆ ਕਾਫੀ ਟੈਨਸ਼ਨ ਸੀਗੀ ਇਹਨਾਂ ਨੂੰ ਕਿਉਂਕਿ ਇਹਨਾਂ ਦਾ ਉਹਦੇ 'ਚ ਕੋਈ ਲੇਗਾ ਦੇਗਾ ਨਹੀਂ ਸੀਗਾ ਇਹ ਸੱਚਾਈ ਹੈ ਜਿਹੜੇ ਜਿਨ੍ਹਾਂ 'ਤੇ ਕੇਸ ਦੂਜਿਆਂ 'ਤੇ ਵੀ ਪਿਆ ਹੈ ਨਾ ਉਹਨਾਂ ਨੂੰ ਵੀ ਪਤਾ ਹੈ ਵੀ ਮੰਗੇ ਦਾ ਕੋਈ ਕਸੂਰ ਨਹੀਂ ਸੀਗਾ ਅਤੇ ਹੁਣ ਤੱਕ ਵੀ ਜਦੋਂ ਇਹਨਾਂ ਦੀ ਡੈਥ ਹੋਈ ਆ ਉਹ ਤੋਂ ਬਾਅਦ ਕਹਿੰਦੇ ਵੀ ਤੁਸੀਂ ਨਾ ਡੈਥ ਸਰਟੀਫਿਕੇਟ ਦੇ ਕੇ ਜਾਓ ਵੀ ਇਹਨਾਂ ਦਾ ਨਾਮ ਕੱਟ ਦਿੰਦੇ ਹਾਂ ਮੈਂ ਕਹਿੰਦੇ ਤੁਸੀਂ ਜਿੰਦੇ ਜੀ ਉਹਨਾਂ ਦਾ ਨਾਮ ਕੱਟ ਦਿੰਦੇ ਅਤੇ ਮੈਨੂੰ ਉਸ ਦਿਨ ਵੀ ਮੈਂ ਗਈ ਮੈਨੂੰ ਬੜਾ ਇੰਨਾ ਫੀਲ ਹੋਇਆ ਉਹ ਚੀਜ਼ ਮੈਂ ਸਕੂਟਰ 'ਤੇ ਗਈ ਰੋਂਦੀ ਹੈ ਨਾ ਵੀ ਮੈਨੂੰ ਅਸਲ 'ਚ ਜਦੋਂ ਕੇਸ ਪੈਂਦਾ ਹੈ ਤਾਂ ਫਿਰ ਜਿਹੜਾ ਹਸਬੈਂਡ ਹੁੰਦਾ ਹੈ ਉਹ ਆਪਣੀ ਘਰ ਵਾਲੀ ਕੋਲ ਸਾਰੀਆਂ ਗੰਢਾਂ ਫਰੋਲਦਾ ਢਿੱਡ ਫਰੋਲਦਾ ਵੀ ਆਹ ਗੱਲ ਐਂ ਸੀ ਆਹ ਗੱਲ ਫਿਰ ਉਹਨਾਂ ਦਿਨਾਂ 'ਚ ਉਹਨਾਂ ਨੇ ਤੁਹਾਨੂੰ ਉਹਦੇ ਬਾਰੇ ਕੀ ਜਿਹੜੀ ਕਲੈਰੀਫਿਕੇਸ਼ਨ ਦਿੱਤੀ ਕਿ ਮੈਂ ਜਿਹੜਾ ਇਸ ਕੇਸ 'ਚ ਇਨਵੋਲਵ ਹਾਂ ਜਾਂ ਨਹੀਂ ਜਾਂ ਕੀ ਗੱਲਬਾਤ ਆ ਨਹੀਂ ਉਹਨਾਂ ਨੇ ਸਾਰਾ ਕੁਛ ਦੱਸਿਆ ਸੀਗਾ ਉਹਨਾਂ ਦਾ ਹੱਥ ਨਹੀਂ ਸੀਗਾ ਚਲੋ ਕੁੜੀ ਨੇ ਬਲੇਮ ਵੀ ਕੀਤਾ ਮੁੰਡੇ ਨੂੰ ਦੇਖੋ ਤੁਹਾਡੀ ਫਰੈਂਡਸ਼ਿਪ ਹੈ ਕਿਸੇ ਨਾਲ ਠੀਕ ਹੈ ਤੁਸੀਂ ਦੋਨੋਂ ਲਿਵਿੰਗ 'ਚ ਰਹਿੰਦੇ ਹੋ ਹੁਣ ਮੁੰਡੇ ਨੇ ਨਹੀਂ ਵਿਆਹ ਕਰਾਉਣਾ ਤਾਂ ਤੁਸੀਂ ਵੀ ਤੁਹਾਡੀ ਆਪਣੀ ਅੰਡਰਸਟੈਂਡਿੰਗ ਹੈ ਆਪਾਂ ਕਿਸੇ ਨੂੰ ਕੀ ਕਹਿ ਸਕਦੇ ਹਾਂ ਲੇਕਿਨ ਤੁਸੀਂ ਉਹਦੇ ਦੋਸਤਾਂ ਨੂੰ ਨਾਲ ਲੈ ਕੇ ਵੀ ਤਿੰਨਾਂ ਨੂੰ ਮੈਂ ਤਾਂ ਚੜ੍ਹਾਵਾਂਗੀ ਪੱਟੇ 'ਤੇ ਨਾ ਉਹਦੀ ਐਵੇਂ ਬੋਲੀ ਸੀਗੀ ਕੁੜੀ ਦੀ ਮੈਨੂੰ ਕਿਸੇ ਨੇ ਦੱਸਿਆ ਵੀ ਐਵੇਂ ਬੋਲਦੀ ਹੈ ਨਾ ਮੈਂ ਕਿਹਾ ਚਲੋ ਤੇ ਪਰ ਇਹਨਾਂ ਦਾ ਮੈਨੂੰ ਪਤਾ ਸੀਗਾ ਵੀ ਇਹਨਾਂ ਦਾ ਕੋਈ ਲੇਗਾ ਦੇਗਾ ਨਹੀਂ ਮੈਨੂੰ ਭਰੋਸਾ ਸੀਗਾ ਇਹ ਭਰੋਸਾ ਤਾਂ ਫਿਰ ਇੱਕ ਲੰਮੇ ਸਮੇਂ ਦੀ ਨਿਸ਼ਾਨੀ ਹੈ ਮਤਲਬ ਤੁਸੀਂ ਸ਼ੁਰੂ ਤੋਂ ਨਾ ਰਹੇ ਹੋ ਫਿਰ ਹੀ ਭਰੋਸਾ ਬਣਦਾ ਨਹੀਂ ਮੈਨੂੰ ਸੀਗਾ ਤੇ ਇਹਨਾਂ ਨੂੰ ਟੈਨਸ਼ਨ ਹੋ ਗਈ ਕਹਿੰਦੇ ਵੀ ਮੇਰੀ ਬੇਟੀ ਨੇ ਕੱਲ੍ਹ ਜਵਾਨ ਹੋਣਾ ਹੈ ਕਹਿੰਦੇ ਕਹਿਣਗੇ ਵੀ ਐਵੇਂ ਦਾ ਕੇਸ ਪੈ ਗਿਆ ਮੈਂ ਕਿਹਾ ਨਹੀਂ ਮੈਂ ਕਿਹਾ ਜਦ ਮੈਨੂੰ ਪਤਾ ਹੈ ਮੈਂ ਕਿਹਾ ਮੈਂ ਬੈਠੀ ਹਾਂ ਮੈਂ ਕਿਹਾ ਮੈਂ ਬੱਚਿਆਂ ਨੂੰ ਦੱਸੂੰਗੀ ਵੀ ਤੁਹਾਡਾ ਕੋਈ ਹੈ ਨਹੀਂ ਰੋਲ ਇਹਦੇ 'ਚ ਸੀਗਾ ਵੀ ਨਹੀਂ ਸੀਗਾ ਕੁਛ ਨਹੀਂ ਸੀਗਾ ਦੇਖੋ ਹੁਣ ਤੱਕ ਵੀ ਉਹ ਕੇਸ ਮੈਨੂੰ ਨਹੀਂ ਪਤਾ ਅੱਜ ਚੱਲਦਾ ਹੈ ਨਹੀਂ ਚੱਲਦਾ ਲੇਕਿਨ ਇਹਨਾਂ ਦਾ ਨਾਮ ਉਸ ਕੇਸ 'ਚੋਂ ਉਹਨਾਂ ਨੇ ਬਾਹਰ ਕੀਤਾ ਠੀਕ ਹੈ ਨਾ ਕੱਢ ਦਿੱਤਾ ਉਹਨਾਂ ਨੇ ਇਹਨਾਂ ਦਾ ਨਾਮ ਇਹਨਾਂ ਦੀ ਡੈਥ ਤੋਂ ਬਾਅਦ ਹੀ ਕੱਢਿਆ ਜਦੋਂ ਤੱਕ ਜਿੰਦੇ ਜੀ ਇਹ ਜਾਂਦੇ ਰਹੇ ਹੈ ਮੈਨੂੰ ਤੁਸੀਂ ਇਹ ਵੀ ਦੱਸਦੇ ਸੀਗੇ ਆਫ ਦਾ ਕੈਮਰਾ ਵੀ ਤੁਹਾਡੇ ਪੈਰਾਂ 'ਚ ਵੀ ਇੱਕ ਵਾਰੀ ਬੈਠ ਕੇ ਮੰਗੇ ਨੇ ਸਾਰੀਆਂ ਗੱਲਾਂ ਦਾ ਗਿਲਾ ਕੀਤਾ ਦੁੱਖ ਮਨਾਇਆ ਹਾਂ ਕੀਤਾ ਸੀਗਾ ਕਹਿੰਦੇ ਵੀ ਕਿਉਂਕਿ ਜਦੋਂ ਆਪਾਂ ਇੰਡਸਟਰੀ 'ਚ ਹੁੰਦੇ ਹਾਂ ਬਹੁਤ ਗੱਲਾਂ ਗੱਲ ਥੋੜ੍ਹੀ ਹੁੰਦੀ ਹੈ ਲੇਕਿਨ ਜਦ ਤੁਸੀਂ ਬਾਹਰ ਜਾਓਗੇ ਨਾ ਗੱਲ ਵੱਡੀ ਕਰਕੇ ਹੀ ਦੱਸੀ ਜਾਂਦੀ ਹੈ ਇੰਡਸਟਰੀ 'ਚ ਸਾਡੇ ਘਰ ਦੀ ਗੱਲ ਕੁਛ ਹੋਰ ਹੈ ਸਾਡਾ ਰਿਲੇਸ਼ਨ ਕੁਛ ਹੋਰ ਹੈ ਲੇਕਿਨ ਤੁਹਾਨੂੰ ਬਾਹਰ ਉਹ ਮੈਨੂੰ ਨਹੀਂ ਪਤਾ ਦੇਖੋ ਜਾਂ ਯਾਰ ਦੋਸਤ ਕਰਦੇ ਜਾਂ ਕੋਈ ਥਰਡ ਪਰਸਨ ਕਰਦਾ ਮੈਨੂੰ ਉਸ ਚੀਜ਼ ਦਾ ਨਹੀਂ ਪਤਾ ਲੇਕਿਨ ਲੋਕ ਤੁਹਾਡੀ ਲਾਈਫ ਨੂੰ ਬਾਹਰ ਜਾ ਕੇ ਕੁਛ ਹੋਰ ਡਿਸਕ੍ਰਾਈਬ ਕਰਦੇ ਕਿ ਹਾਂ ਇਹਨਾਂ ਦੀ ਲਾਈਫ ਕੀ ਪਤਾ ਸਾਡੇ 'ਚ ਸਾਰਾ ਕੁਛ ਠੀਕ ਹੀ ਹੋਵੇ ਜਦੋਂ ਹੈ ਨਾ ਜਦੋਂ ਤੁਹਾਡੇ ਨਾਲ ਕਿਸੇ ਕੁੜੀ ਨੇ ਵੀ ਕੰਮ ਕਰਨਾ ਤੇ ਲੋਕੀ ਜੋੜਦੇ ਆ ਨਾਲ ਜੋੜਦੇ ਆ ਉਹਨੂੰ ਵੀ ਜੋੜਦੇ ਆ ਅੱਛਾ ਫਿਰ ਉਦੋਂ ਬਾਈ ਤੁਹਾਨੂੰ ਕੀ ਕਹਿੰਦੇ ਨੇ ਆਪਣੀਆਂ ਗੱਲਾਂ ਜਦੋਂ ਤੁਹਾਡੇ ਨਾਲ ਕਰਦੇ ਨੇ ਉਹ ਕੇਸ ਵਾਲੇ ਉਹਨੇ ਕਿਹਾ ਮੇਰਾ ਹੈ ਨਹੀਂ ਕੁਛ ਵੀ ਕਿਉਂਕਿ ਜਦੋਂ ਮੈਨੂੰ ਪਹਿਲੇ ਦਿਨ ਇਹਨਾਂ ਨੇ ਦੱਸਿਆ ਸੀਗਾ ਆ ਕੇ ਵੀ ਆਹ ਗੱਲ ਹੋ ਗਈ ਵੀ ਉਹ ਕੁੜੀ ਨੇ ਸਾਡੇ 'ਤੇ ਕੇਸ ਪਾ ਤੇ ਮੈਂ ਕਿਹਾ ਠੀਕ ਹੈ ਕੋਈ ਗੱਲ ਨਹੀਂ ਪਰ ਇਹ ਮੈਨੂੰ ਟੈਨਸ਼ਨ ਨਹੀਂ ਸੀ ਮੈਨੂੰ ਪਤਾ ਸੀਗਾ ਮੇਰੇ ਮੰਮੀ ਡੈਡੀ ਨੂੰ ਵੀ ਪਤਾ ਇਹਨਾਂ ਦੀ ਫੈਮਿਲੀ ਨੂੰ ਵੀ ਪਤਾ ਸੀਗਾ ਕਹਿੰਦੇ ਸਾਨੂੰ ਪਤਾ ਮੈਂ ਕਿਹਾ ਜਦੋਂ ਤੁਹਾਡੇ ਪਰਿਵਾਰਾਂ ਨੂੰ ਪਤਾ ਹੈ ਅਤੇ ਮੈਨੂੰ ਪਤਾ ਮੈਂ ਕਿਹਾ ਆਪਾਂ ਨੂੰ ਡਰਨ ਦੀ ਜ਼ਰੂਰਤ ਹੀ ਨਹੀਂ ਹੈ ਮੈਂ ਕਿਹਾ ਜਿਹਦੇ ਨਾਲ ਹੈਗਾ ਉਹਦਾ ਸਾਰਾ ਕੁਛ ਮੈਂ ਕਿਹਾ ਉਹਨਾਂ ਨੂੰ ਪਤਾ ਹੈ ਅਤੇ ਉਹਨੇ ਇੱਕ ਕੁੜੀ ਨੇ ਤਾਂ ਉਹਨੇ ਤਾਂ ਝੂਠਾ ਹੀ ਪਾਇਆ ਸੀਗਾ ਕਹਿ ਪਤਾ ਸੀਗਾ ਸਾਰਿਆਂ ਨੂੰ ਉਸ ਚੀਜ਼ ਦਾ ਅਤੇ ਫਿਰ ਉਦੋਂ ਇਹਨਾਂ ਨੇ ਮੈਂ ਸੁਣਿਆ ਵੀ ਉਦੋਂ ਦਾਰੂ ਦੂਰੂ ਜ਼ਿਆਦਾ ਪੀਣ ਲੱਗ ਪਏ ਇਹ ਗੱਲ ਵੀ ਸੱਚ ਹੈ ਥੋੜ੍ਹੀ ਕਰਨ ਲੱਗ ਗਏ ਸੀਗੇ ਜ਼ਿਆਦਾ ਟੈਨਸ਼ਨ 'ਚ ਨਹੀਂ ਪ੍ਰੋਗਰਾਮ ਘਟੇ ਜਾਂ ਉਦੋਂ ਕੀ ਹੋਇਆ ਨਹੀਂ ਪ੍ਰੋਗਰਾਮ ਬਿਲਕੁਲ ਘਟ ਗਏ ਸੀਗੇ ਇੱਕ ਟਾਈਮ ਉਹੀ ਸਾਡਾ ਡਾਊਨਫੋਲ ਸੀਗਾ ਅੱਛਾ ਇੱਕਦਮ ਹੀ ਉਹ ਤਾਂ ਪਹਿਲਾਂ ਕਾਫੀ ਪ੍ਰੋਗਰਾਮ ਸੀਗੇ ਜਦੋਂ ਹੈ ਨਾ ਕੇਸ ਪਿਆ ਕਿਉਂਕਿ ਇੱਧਰ ਉੱਧਰ ਹੋਣ ਲੱਗ ਗਏ ਤੁਹਾਨੂੰ ਪਤਾ ਜਦੋਂ ਹੁਣ ਬੰਦਾ ਕੀ ਸਫਾਈਆਂ ਦੇਵੇ ਦੇਖੋ ਜਦੋਂ ਇੱਕ ਲੇਡੀ ਨੇ ਤੁਹਾਨੂੰ ਚਾਰਾਂ ਨੂੰ ਕਹਿ ਦਿੱਤਾ ਵੀ ਤੁਸੀਂ ਵੀ ਹੈ ਨਾ ਵੀ ਮੇਰੇ 'ਤੇ ਆ ਉਹਨੇ ਚਲੋ ਇਲਜ਼ਾਮ ਲਗਾ ਤੇ ਗਲਤ ਲੇਡੀ ਨੇ ਪ੍ਰੂਫ ਤਾਂ ਉਹਨੇ ਕੁਛ ਵੀ ਨਹੀਂ ਕੀਤਾ ਅੱਜ ਤੱਕ
मैं तो कहा मैं प्रूफ कर दे एक बार मैं मैं अपने घर वाले लेके आनी हाँ साड़ी मीटिंग भी हुई सी प्रेस कॉन्फ्रेंस की थी चार फेस मोहाली प्रेस क्लब हाँ जी तो उत्थे मैं उत्थे भी किया मैं भी मैं लेके आनी मेरे घर वाले मैं वो लेडी प्रूफ कर दे कभी सामने नहीं आई वो साढ़े मैं तो कह के आई सी प्रूफ तो ता कर दी ना जे कुछ ओद हों प्रति हालांकि मेरे को फोन चाहगा वो सारी गल इन्होंने प्यो कहती सी तू मेरे प्यो वर्गा है मंगे कहती तू मेरे बाइया वर्गा है तो उ कुड़ी फिर तो इल्जाम ला रही है ये गलत चीज़ गलत बहुत तंग कर बहुत फिर डाउनफॉल दे विच की तुसी थोनू खोना पिया आपदा प्रोग्राम डाउनफॉल तो हौली 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 बंदा चलो जो पता कि थोड़ा घर का मोहरी देखो मेरे तो घर के मोहरी यही सी ना यही हूँ टेंशन च रहन लग गए ऑटोमैटिकली मैनू भी थोड़ी बहुत होनी सी चाहे मैं जिन्ना मर्जी अपने पॉजिटिव रखी जावा मैं स्ट्रोंग सी चलो बच्चों भी बेटी भी स्कूलों जाने जाना है ना होर घर के बहुत काम होंगे तो फिर इन्हों फोन पर कहना भी नहीं टेंशन ना लो है ना भी कुछ नहीं होंगे भी वो लेडी भी वो गलत है मैं तो खुद कहती सी वो गलत है लेडी भी तुम मैनू मैं थोड़ा भरोसा है भी वह जिद है जिठे जाके है ना भी असी तो सा कोई ये हो नहीं बट चलो केस ने पैसे पक्षों बहुत डिग गया थोड़ा बहुत कि पैसा लगे उन्होंने खराब किया बहुत एकदम ही डाउनफॉल एकदम ही चलो पता नहीं परमात्मा की मर्जी फिर हस्पताल कदों भर्ती होंगे ने कदों इन्नी ज्यादा उन्होंने तबीयत बिगड़ती है ये 2019 ठीक है जनवरी च है ना मैं दसम मैं तो पहला बीमार हो गई सी तो ये 2019 हाँ काफ़ी तो पहला ही सीगे इन्हों सिमटम पता नहीं कहें किसी मैंने हूँ किसी ने दसिया थोड़े दिन की गल है चंगे भले गए रस्ते नहीं नहीं बिल्कुल ठीक सके मतलब मेरी सिस्टर आ वो कहें भी भाजी तुम अपने ढिड काफ़ी वध गया सी ना भी पानी भर गया भी तुम पीजीआई इलाज कराओ कहते पीजीआई नहीं मैं जाना कहते मैं डर लगता है कहते मैं अपने दोस्त है इन्हों का मुंडा पिंडों है तेजी राइटर है तो कहते अपने जीजा जी का हस्पताल है लुधियाने कहते मैं तो उत्थे जाके इलाज करावांगा ठीक है मैं क्या भी इलाज कराओ जिथों मर्जी कराओ बट तुम जाओ तो फिर घरों तो ठीक सके बिल्कुल एक दिन पहला असी रोटी भी खाधी कट्ठिया ने कहते अज खा लिया कहते पता नहीं दोबारे मिलना कि नहीं मिलना अच्छा ये उन्होंने बोल सी आखरी बोल असि उस टाइम आखरी बारी रोटी खाधी फिर तुसी उत्थे गए जो गए फिर उत्थे की माहौल देखते हो एक्चुअली मैं उदो बीमार सी मैं जो ये सीगे ना मतलब उस तो पहला मैं टीवी सी मैनू मैं बोल नहीं सी पाउंदी बिल्कुल ही है ना मतलब पता नहीं परमात्मा ने मैनू एवें लगता हूँ ज्यों ज्यों मैनू है ना भी मैं होश आँदी है भी पर मैं जे मैं होश हूँ मैं चंगी भली हूँ जिम्मे ये चले गई सी ना मैं इन्हों का विछोड़ा मैं झल नहीं सी सकती वो मैं बीमार हुई मैंने परमात्मा ने पता नहीं की कुछ दिखाया उस टाइम है ना मतलब मैंने सच्चाइयां भी दिखाइया भी है ना भी मरना सच है भी जूना भी है ना तो वह मैं बीमार हो गई उस तो पहला ही चलो ये इन्होंने मेरी सेवा भी की हॉस्पिटल च है ना आके तो उद आप भी बीमार से बट इन्होंने मैं सामभिया भी नहीं है ना भी तू ठीक रह कहते मैं तू ठीक चाहिए है तो लुधियाने चले गए सके लुधियाने फिर मैं डॉक्टर मैनू सी जान नहीं देंदे मैं तो लोगों ने यह भी कहा कहते भी यदा हसबेंड बीमार है ये उत्थे गई नहीं उन्होंने देख कहते तो मैं गई अच्छा मैं कि लोगों ने दसा भी मैं जा रही हूँ मैं दस के थोड़ी जाना है मैं डॉक्टर की मतलब कि परमिशन ली तो लुधियाने मेरी मम्मी सी नाल मेरे इन्हों फ्रेंड से मैनू लेके गए है ना वो ਉਦੋਂ ਬੋਲਦੇ ਸੀਗੇ ਥੋੜਾ ਬਹੁਤਾ ਜਾ ਕੇ ਆਖਰੀ ਕੀ ਗੱਲ ਹੋਈ ਫਿਰ ਮੰਗੇ ਬਾਈ ਹੁਣ ਆਖਰੀ ਗੱਲ ਇਹਨਾਂ ਨੇ ਮੇਰਾ ਹੱਥ ਫੜਿਆ ਉੱਥੇ ਤੇ ਅੱਖਾਂ 'ਚ ਮਤਲਬ ਕੀ ਕਹਿੰਦੇ ਮੈਂ ਕਿਹਾ ਵੀ ਮੈਂ ਰਹਾਂ ਤੁਹਾਡੇ ਕੋਲੇ ਕਹਿੰਦੇ ਵੀ ਰਹਿ ਨਾ ਮਤਲਬ ਕਿ ਚਲੋ ਜੈਲੀ ਵੀ ਸੀਗੇ ਨਾਲ ਮੁੰਡਾ ਗਾਉਂਦਾ ਹੈ ਨਾ ਇਹਨਾਂ ਦੇ ਇੱਕ ਦੋਸਤ ਹੈ ਇੱਥੋਂ ਮੋਹਾਲੀ ਤੋਂ ਰੁੱਪੀ ਉਹ ਵੀ ਮੁੰਡਾ ਨਾ ਉਹ ਵੀ ਨਾਲ ਹੀ ਸੀਗਾ ਉਹ ਵੀ ਇਹਨੂੰ ਹਸਾਉਂਦੇ ਸੀਗੇ ਤਾਂ ਮੈਂ ਇਹਨਾਂ ਨੂੰ ਹੱਗ ਕੀਤਾ ਨਾ ਮੈਂ ਕਿਹਾ ਨਹੀਂ ਤੁਸੀਂ ਵੀ ਮੈਂ ਕਿਹਾ ਨਹੀਂ ਜਾਣੋ ਤੁਸੀਂ ਠੀਕ ਹੋ ਜਾਓਗੇ ਹੈ ਨਾ ਅਤੇ ਉਹ ਹੱਸਣ ਲੱਗ ਗਏ ਕਹਿੰਦੇ ਨਹੀਂ ਜਾਣੋ ਤੁਸੀਂ ਠੀਕ ਹੋ ਜਾਓ ਮਤਲਬ ਇਹਨਾਂ ਨੂੰ ਹਸਾਉਂਦੇ ਸੀਗੇ ਵੀ ਚਲੋ ਕਿਸੇ ਤਰੀਕੇ ਨਾਲ ਵੀ ਹੱਸਣ ਲੱਗ ਇਹ ਵੀ ਹੱਸਣ ਲੱਗ ਗਿਆ ਨਾ ਇਹਨਾਂ ਨੇ ਮੇਰਾ ਹੱਥ ਫੜਿਆ ਘੁੱਟ ਕੇ
मैं कहा तुसी भी ठीक हो जाओगे, मैं कहा मैं रहा तुहाडे कोले, उन्हां नूं पता सी वी रह तां सकदी नहीं, कहिंदे नहीं रह, मतलब हाथे नाल मेरा कुट के फड़ा छड्डदे भी नहीं, मेरा हाथ भी नहीं छड्डिया ना उस टाइम। पर अखां सामने एक इंसान दा रेत वांगू किरदे वेखणा अपने घर वाले दा, जिहदे नाल जिउण मरनी आ, कसमां हुंदियां ने, वादे हुंदे ने, एक दो धीआं दा एक जिम्मेवारी भी हुंदी है। उस टाइम नहीं सी पता भी ना, काफ़ी बीमार सी, मैनू नहीं सीगा पता भी ना चले जाना, सोचे ही नहीं जिंदगी च भी मैनू वंगा छड के जा सकता है। चाहे चलो जिंदगी च उही ना, देखो दो भांडे होंदे घर च खड़कदे भी हैं, प्यार भी बहुत सीगा, नोक चोक लड़ाइया, इस जिंदगी दा थोड़ी जिंदगी च पार्ट है, चलते रहने, हरेक दी जिंदगी च चलते हैं। मैं नहीं कहती मेरी जिंदगी च चलिया, सब दी जिंदगी च चलते हैं, लड़ाइया झगड़े प्यार साडा भी उवें सीगा। फिर मैं क्या नहीं, मैं क्या आप भी जिंदगी नवे शुरू करांगे नवे सिरे तो ना, मैं क्या तुम ठीक रहो, मैं क्या मैं कुछ नहीं चाहिए भी उन्होंने सीखा भी मैं उही थोड़ी वाली गल आ गई ना, भी पहला असं इन्ना सीगा सारा कुछ वधिया भी हूँ भी असी तंगी चल कट रहे, मैं क्या मैंने कोई परवाह नहीं हैगी, मैं क्या तुम है ना कि आप सब कुछ ठीक कर लाँगे दोबारा तो। तो कहते चलो लगता भी लोगों को नहीं पता होंगे भी कलाकार कि हालात नहीं पता, सही गल है, लोगों को वह पता होंगे जिड़िया थोनू दस गल किसी ने अपने थ्रू दसदियाँ। हूँ इंटरव्यू मैं देखा साढ़िया पिंड मेरे सारे किसी ने इंटरव्यू कीतियाँ, चलो इन्हों का पिंड दिखाया उन्होंने है ना, उदो भी मैं देख के मेरा मन काफ़ी ना खराब होया भी पिंड भी अज उ घर है जिथे रौनक लगती होंगे सी ना, असं जाते होंगे सके तो उन्होंने गुआढ़ियों यही नहीं पता भी असं जाते होंगे सके। मैं गई अपने सहुरे, असं रेंदे भी सी, साड़ी दिवाली दशहरा असं उत्थे मत्था टेकते सी क्योंकि इकले इकले सी माँ बाप के, तो मैं बच्चों लेके उत्थे त्यौहार मनाती होंगी सी। अच्छा जाते सी मतलब लोगों नू नहीं, मैनू मंगे बाई जो मतलब करते सी तुहाडे नाल भी जो मुंडा हुंदा जां कि नहीं तीआं नहीं, इन्हां ने कदे नहीं, इन्हां ने कदे भी नहीं किता, कदे भी नहीं किता भी मन दे विच हुंदा इंसान नो साडे मुंडा हुंदा जां नो। अच्छा बेटियां ये कहंदे मेरे लिए आए मुंडे, ये कहंदे भी मैं सानूं नहीं थोड़ा नहीं समाज दा तां नहीं, समाज नू सीगा, मेरे सास सहुरे नू भी सीगा भी मुंडा होना चाहीदा, ਉਹ ਚੀਜ਼ ਦਾ ਤੰਗ ਕਰਦੀਆਂ ਸੀ ਤੁਹਾਨੂੰ? ਬਿਲਕੁਲ ਤੰਗ ਕਰਦੀਆਂ ਸੀ, ਕਹਿੰਦੇ ਸੀਗੇ ਵੀ ਤੂੰ ਵਿਆਹ ਕਰਾ ਲੈ ਹੋਰ। ਅੱਛਾ ਮੰਗੀ ਨੂੰ ਇਹ ਕਹਿੰਦੇ ਸੀ? ਹਾਂ ਨਹੀਂ, ਪਰ ਇਹ ਕਹਿੰਦੇ, ਇਹਨਾਂ ਨੇ ਮੈਨੂੰ ਆ ਕੇ ਦੱਸ ਦਿੱਤਾ, ਕਹਿੰਦੇ ਵੀ ਮਾਤਾ ਕਹਿੰਦੇ ਵੀ ਵਿਆਹ ਕਰਾ ਲੈ, ਕਹਿੰਦੇ ਮੈਂ ਕਹਿੰਦੇ ਨਹੀਂ ਵੀ ਮੇਰੀ ਵੀ ਮੇਰੀ ਤਾਂ ਬੇਟੀ ਜਵਾਨ ਹੋ ਰਹੀ, ਮੈਂ ਐਵੇਂ ਨਹੀਂ ਕਰ ਸਕਦਾ ਹੈਗਾ, ਨਹੀਂ ਇਸ ਪੱਖੋਂ ਮਤਲਬ ਕਿ ਬੇਟੀਆਂ 'ਚ ਤਾਂ ਇਹਨਾਂ ਦੀ ਜਾਨ ਵੱਸਦੀ ਸੀ, ਕਹਿੰਦੇ ਵੀ ਮੈਂ ਵਿਆਹ ਨਹੀਂ ਕਰ ਸਕਦਾ। ਤਾਂ ਮੰਗੇ ਬਾਈ ਦੀ ਬੇਟੀ ਵੱਡੀ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਹਰਗੁਣ ਤੁਹਾਡੀ ਕਦ ਕਿੰਨੀ ਉਮਰ ਹੁੰਦੀ ਹੈ ਜਦੋਂ ਬਾਈ ਇਸ ਦੁਨੀਆਂ ਤੋਂ ਜਾਂਦੇ ਨੇ? 13-14 ਸਾਲ। ਅੱਜ ਜਦੋਂ ਫਾਦਰ ਹੈ ਨਹੀਂ, ਉਹਨਾਂ ਦੀਆਂ ਤਸਵੀਰਾਂ ਵੇਖਦੇ ਹੋ, ਆ ਮੈਂ ਤੁਹਾਡੀ ਫੋਟੋ ਦੇਖੀ ਆ, ਤਾਂ ਮਨ ਭਰਿਆ ਹੁੰਦਾ ਫਿਰ ਉਦੋਂ? ਸਾਰਾ ਇਮੋਸ਼ਨਲ ਹੁੰਦੇ ਹੋ? ਹੁੰਦੇ ਆ, ਪਰ ਹੁਣ ਕੀ ਕਰੀਏ। ਅੱਛਾ ਤੇ ਫਿਰ ਮੰਮੀ ਦੇ ਨਾਲ ਕਿਹੜੀਆਂ ਗੱਲਾਂ ਹੁੰਦੀਆਂ ਨੇ ਪਾਪਾ ਨੂੰ ਲੈ ਕੇ ਜਦੋਂ ਦਿਲ ਕਰਦਾ? ਕੋਈ ਤਿਉਹਾਰ ਹੁੰਦਾ, ਕੋਈ ਲੋਹੜੀ ਦੀਵਾਲੀ ਹੁੰਦੀ ਹੈ, ਜਿਹੜੇ ਤਿਉਹਾਰਾਂ 'ਤੇ ਪਾਪੇ ਨੂੰ ਹੋਣਾ ਚਾਹੀਦਾ ਸੀ ਤੁਹਾਡੇ ਨੂੰ, ਤਾਂ ਫਿਰ ਉਹਨਾਂ ਚੀਜ਼ਾਂ ਨੂੰ ਤਾਂ ਮਨ ਭਰਿਆ ਆਉਂਦਾ? ਮੈਂ ਤਾਂ ਮੋਸਟਲੀ ਕੋਈ ਗੱਲ ਨਹੀਂ ਕਰਦੀ ਪਾਪਾ ਬਾਰੇ ਘਰੇ, ਹੈ ਨਾ, ਮੰਮਾ ਮਰ ਰੋ ਪੈਂਦੇ ਨੇ, ਹੈ ਨਾ, ਮਨ ਭਰਿਆ ਆਉਂਦਾ, ਤਾਂ ਮੈਂ ਅਵੋਇਡ ਹੀ ਕਰਦੀ ਹਾਂ, ਪਰ ਜਦੋਂ ਵੀ ਮੈਂ ਕਰਦੀ ਹਾਂ ਤਾਂ ਮੈਂ ਖੁਸ਼ ਹੋ ਕੇ ਕਰਦੀ ਹਾਂ ਵੀ ਪਾਪਾ ਸੀਗੇ ਮੇਰੇ, ਚੰਗੇ ਇਨਸਾਨ ਸੀਗੇ, ਪ੍ਰਾਊਡ ਸੀ। ਹਾਂਜੀ ਤੇ ਪਾਪਾ ਕੀ ਕਹਿੰਦੇ ਹੁੰਦੇ ਸੀ ਵੀ ਮੈਂ ਆਪਣੇ ਪੁੱਤ ਨੂੰ ਆਹ ਬਣਾਉਂਗਾ, ਕੁਛ ਸੀ ਉਹਨਾਂ ਦਾ ਡ੍ਰੀਮ ਸੀਗਾ? ਉਹ ਮੈਨੂੰ ਹਾਰਮੋਨੀਅਮ ਸਿਖਾਉਂਦੇ ਹੁੰਦੇ ਸੀਗੇ, ਕਾਫੀ ਸਰਗਮ ਪ੍ਰੈਕਟਿਸ ਮੇਰੀ ਕਰਵਾਉਂਦੇ ਰਹਿੰਦੇ ਸੀਗੇ। ਸਿਖਾਉਂਦੇ ਨਹੀਂ ਮਿਲਦਾ ਸੀਗਾ? ਤੁਹਾਡੀ ਇੱਛਾ ਹੈ ਹੁਣ ਵੀ ਗਾਉਣ ਦੀ? ਹਾਂਜੀ ਮੈਂ ਪ੍ਰੈਕਟਿਸ ਤਾਂ ਕਰ ਰਹੀ ਹਾਂ। ਅੱਛਾ ਹਾਂਜੀ ਤੇ ਆਓਗੇ ਮਾਰਕੀਟ 'ਚ ਤੁਸੀਂ? ਤੇ ਦਿਲ ਕਰਦਾ ਹੁਣ ਪਿੰਡ ਜਾਣ ਨੂੰ, ਪਿੰਡ ਵੇਖਣ ਨੂੰ? ਨਹੀਂ। ਕੀ ਗੱਲ, ਪਿੰਡ ਨਾਲ ਕੋਈ ਗਿਲਾ? ਪਿੰਡ ਦੇ ਨਾਲ ਗਿਲਾ ਤਾਂ ਨਹੀਂ ਹੈਗਾ, ਪਰ ਹੁਣ ਉੱਧਰ ਜਦ ਕੋਈ ਹੈ ਨਹੀਂ। ਨਹੀਂ ਪਾਪਾ ਦੀਆਂ ਯਾਦਾਂ ਉਸ ਘਰ 'ਚ ਪਲੇ ਪਾਪਾ ਤੁਹਾਡੇ, ਤਾਂ ਦਿਲ ਤਾਂ ਕਰਦਾ ਹੋਣਾ ਵੀ ਉਹ ਵੇਖ ਕੇ ਆਵਾਂ ਘਰ ਜਿੱਥੇ ਮੇਰਾ ਡੈਡੀ ਜਵਾਨ ਹੋਇਆ। ਉਸ ਘਰ 'ਚ ਹੁਣ ਕੁਛ ਰਿਹਾ ਹੀ ਨਹੀਂ, ਤਾਂ ਫਿਰ ਉੱਥੇ ਵੀ ਜਾਣ ਨੂੰ ਜੀ ਨਹੀਂ ਕਰਦਾ। ਅੱਛਾ ਜੋ ਜੋ ਹੋਇਆ ਨਾ ਬਸ ਠੀਕ ਹੈ। ਹਾਂਜੀ ਤਾਂ ਮੈਨੂੰ ਇਹ ਦੱਸੋ ਵੀ ਇੱਕ ਜਦੋਂ ਫਾਦਰ ਤੁਹਾਡੇ ਸਿਰ 'ਤੇ ਨਹੀਂ ਹੁੰਦਾ, ਜਿਹੜੇ ਫਾਦਰ, ਕਿਉਂਕਿ ਅਸਲ 'ਚ ਜਿਹੜਾ ਕੁੜੀਆਂ ਦਾ ਪਿਆਰ ਹੁੰਦਾ ਆਪਣੇ ਬਾਪ ਨਾਲ ਜ਼ਿਆਦਾ ਹੁੰਦਾ, ਮਾਂ ਨਾਲੋਂ ਵੀ, ਉਹ ਤੋਂ ਹਰ ਚੀਜ਼ ਮੰਗ ਸਕਦੀਆਂ ਨੇ, ਤਾਂ ਅੱਜ ਕਿਸੇ ਚੀਜ਼ ਦੀ ਤੰਗੀ ਤੁਰਸ਼ੀ ਮਹਿਸੂਸ ਕਰਦੇ ਹੋ ਜ਼ਿੰਦਗੀ ਦੇ ਵਿੱਚ ਵੀ ਜੇ ਪਾਪਾ ਹੁੰਦੇ ਤਾਂ ਜ਼ਿੰਦਗੀ ਆਸਾਨ ਹੁੰਦੀ, ਸੌਖੀ ਹੁੰਦੀ? ਤਾਂ ਹਰ ਦਿਨ ਦੀ ਗੱਲ ਹੈ, ਮਤਲਬ ਪਾਪਾ ਦੀ ਕਮੀ ਤਾਂ ਦੇਖੋ ਹੈ ਤਾਂ ਰਹੂਗੀ, ਅਤੇ ਕਈ ਚੀਜ਼ਾਂ ਨੇ ਜਿੱਥੇ ਜਿੱਥੇ ਪਾਪਾ ਦੀ ਨਾ ਕਮੀ ਇੰਨੀ ਜ਼ਿਆਦਾ ਮਹਿਸੂਸ ਹੁੰਦੀ ਹੈ, ਫਿਰ ਬੁਰਾ ਲੱਗਦਾ ਵੀ
क्यों नहीं है ठीक है रिश्तेदार ने साथ दिता फिर पुत थोड़ा हाँ जी दिता कई ने दिता शुरू शुरू च दिता ठीक है हाँ जी ते हुण तुसी दो बेटियां हो मम्मी आ तो फिर कदे कदे इस चीज़ नूं लैके मन दे विच तौखला जां किसी गल दा हुंदा है भी जे कल नूं साडा ब्याह हो गया फिर मम्मी सरवाइव किद्दां इस चीज़ां सारियां तुहानूं लगदियां अज महसूस करदे हो लगदियां मैनूं उही सोच सोच के ना कई बार टेंशन पै जांदी है भी असीं वड्डे होणा हुण मैं वड्डी हो रही हां अगों मेरी छोटी भैण ने वड्डी होणा फिर मम्मा पिछों कल्ले रह जाणगे है ना जिवें पढ़ाई दे चक्करां च सानूं किते जाणा पै गया ਤੇ ਫਿਰ ਹੁਣ ਕਿਹੜਾ ਗੀਤ ਆ ਜਿਹੜਾ ਹੁਣ ਵੀ ਕਦੇ ਮਨ ਹੌਲਾ ਕਰਨ ਲਈ ਪਾਪਾ ਦਾ ਸੁਣ ਲੈਨੇ ਹੋ ਸਾਰੇ ਸਾਰੇ ਗੀਤ ਇਹ ਤਾਂ ਸਾਰੇ ਲਗਵਾ ਕੇ ਸੁਣਦੀ ਆ ਗਾ ਵੀ ਲੈਨੇ ਕੋਈ ਗਾ ਤਾਂ ਲੈਨੀ ਆ ਪਰ ਹਲੇ ਮੈਂ ਨਹੀਂ ਗਾ ਸਕਦੀ ਅੱਛਾ ਕਿਵੇਂ ਮਨਾ ਕੀਤਾ ਕਿਸੇ ਨਹੀਂ ਨਹੀਂ ਮਨਾ ਤਾਂ ਨਹੀਂ ਕੀਤਾ ਪਰ ਵੈਸੇ ਹੀ ਠੀਕ ਹੈ ਤੇ ਬਾਈ ਮੰਗੇ ਹੁਣਾਂ ਦਾ ਨਾਮ ਨੂੰ ਜ਼ਿੰਦਾ ਰੱਖਣ ਲਈ ਸੰਗੀਤ ਦੇ ਵਿੱਚ ਹੁਣ ਜਿਵੇਂ ਤੁਸੀਂ ਸਿੱਖ ਰਹੇ ਹੋ ਤਾਂ ਤੁਹਾਡੀ ਦੂਸਰੀ ਸਿਸਟਰ ਨੂੰ ਵੀ ਲਾਇਆ ਚਿਣ ਗਏ ਇਸ ਚੀਜ਼ ਦੀ ਨਹੀਂ ਭਾਵੁਕ ਹੋ ਜਾਂਦੇ ਹੋ ਵੀ ਅੱਜ ਉਹੀ ਮੰਗੇ ਦੀ ਵਾਈਫ ਆ ਜਿਹਦਾ ਕਿਸੇ ਸਮੇਂ ਨਾ ਇੱਕ ਵਧੀਆ ਸਟੈਂਡਰਡ ਦੇ ਵਿੱਚ ਰਹਿੰਦੇ ਸੀ ਅੱਜ ਉਹਨਾਂ ਨੂੰ ਲੈਬ ਦੇ ਵਿੱਚ ਕੰਮ ਕਰਨਾ ਪੈ ਰਿਹਾ ਜਾਂ ਇਸ ਤਰ੍ਹਾਂ ਇਮੋਸ਼ਨਲ ਤਾਂ ਹੋ ਹੀ ਜਾਂਦੇ ਆ ਮੰਮਾ ਦੀ ਜਿਹੜੀ ਕੰਡੀਸ਼ਨ ਹੈ ਉਹਨਾਂ ਦੀ ਤਬੀਅਤ ਵੀ ਨਹੀਂ ਠੀਕ ਪਿੱਛੇ ਇਹਨੂੰ ਕਾਫੀ ਬਿਮਾਰ ਹੋ ਗਏ ਸੀਗੇ ਤੇ ਹੁਣ ਉਹ ਕੰਮ ਵੀ ਕਰ ਰਹੇ ਨੇ ਤਾਂ ਹੁੰਦਾ ਹੈ ਫੀਲ ਵੀ ਜੇ ਕਿਤੇ ਪਾਪਾ ਹੁੰਦੇ ਤਾਂ ਅਸੀਂ ਠੀਕ ਰਹਿਣਾ ਸੀਗਾ ਵੀ ਕਿਤੇ ਚੰਗੀ ਜਗ੍ਹਾ ਬੈਠੇ ਹੁੰਦੇ ਮੰਮਾ ਨੂੰ ਕੰਮ ਨਾ ਕਰਨਾ ਪੈਂਦਾ ਇਸ ਉਮਰ 'ਚ ਲੱਭਦੇ ਹੋ ਤਸਵੀਰਾਂ 'ਚ ਅੱਜ ਵੀ ਆਪਣੇ ਬਾਪ ਨੂੰ ਜਦੋਂ ਵੇਖਦੇ ਹੋ ਕਿ ਬਾਪੂ ਦਾ ਨਾਮ ਹੁੰਦਾ ਸੀ ਉਹਨਾਂ ਨੂੰ ਇੰਨੇ ਪਿਆਰ ਕਰਦੇ ਸੀ ਮਿਊਜ਼ਿਕ ਇੰਡਸਟਰੀ 'ਚ ਫਿਰ ਕੋਈ ਕਰਦਾ ਫੋਨ ਤੁਹਾਨੂੰ ਕਿਸੇ ਨੇ ਵੀ ਨਹੀਂ ਕਰਿਆ ਇੰਨੇ 4 ਸਾਲਾਂ 'ਚ ਮੈਨੂੰ ਤਾਂ ਨਹੀਂ ਪਤਾ ਇਸ ਗੱਲ ਬਾਰੇ ਮਤਲਬ ਮੰਮਾ ਨੂੰ ਆਉਂਦੇ ਨੇ ਕਈ ਫੋਨ ਆ ਜਾਂਦੇ ਨੇ ਬਸ ਮੰਮਾ ਨੂੰ ਹੀ ਪਤਾ ਫਿਰ ਮੈਨੂੰ ਇਹ ਗੱਲ ਵੀ ਸੋਸ਼ਲ ਮੀਡੀਆ ਤੇ ਅਕਸਰ ਹੁੰਦੀ ਰਹਿੰਦੀ ਹੈ ਵੀ ਸਿੱਧੂ ਮੂਸੇ ਵਾਲੇ ਨੇ ਵੀ ਇਸ ਪਰਿਵਾਰ ਦੀ ਮਦਦ ਕਰੀ ਹੈ ਇਹਨਾਂ ਬੇਟੀਆਂ ਦੀ ਇਹ ਗੱਲ ਕਰੀ ਹੈ ਜੀ ਹਾਂਜੀ ਕੀਤੀ ਉਹ ਇਹਨਾਂ ਨੂੰ ਪਤਾ ਤੇ ਨਾ ਸੌਰੀ ਹੈ ਨਾ ਬੇਟੀਆਂ ਜਦੋਂ ਦੇ ਵਿਚਾਰੇ ਪੂਰੇ ਹੋਏ ਨਾ ਇਹ ਮੈਨੂੰ ਦੋਨੋਂ ਕਹਿੰਦੀ ਕਿ ਮੰਮਾ ਅਸੀਂ ਜਾ ਕੇ ਆਉਣਾ ਉੱਥੇ ਜ਼ਰੂਰ ਹੈ ਨਾ ਵੀ ਚਲੋ ਮੱਥੇ ਟੇਕ ਕੇ ਆਉਣਾ ਮੇਰੇ ਕੋਲ ਹੀ ਜਾਣ ਦਾ ਸਬੱਬ ਹੀ ਨਹੀਂ ਬਣਿਆ ਐਕਚੁਅਲੀ ਜਿਹੜਾ ਚਲੋ ਉਹੀ ਵੀ ਦੁੱਖ ਤਾਂ ਮੈਨੂੰ ਹੈ ਨਾ ਵੀ ਕਿਤੇ ਬੈਠ ਕੇ ਮੈਂ ਉਹਨਾਂ ਦੇ ਲਈ ਅਰਦਾਸ ਕਰ ਸਕਦੀ ਹਾਂ ਇਹਦੇ ਮੰਮਾ ਡੈਡੀ ਲਈ ਜਾਂ ਨਾ ਸਿੱਧੂ ਭਾਅ ਜੀ ਲਈ ਅਤੇ ਇਹ ਕਹਿੰਦੇ ਮੰਮਾ ਅਸੀਂ ਜਾ ਕੇ ਆਉਣਾ ਤੇ ਵੀ ਸਾਡੀ ਉਹਨਾਂ ਨੇ ਹੈਲਪ ਕੀਤੀ ਸੀ ਉਸ ਚੀਜ਼ ਦਾ ਤੁਹਾਡੇ ਤੱਕ ਬਾਈ ਦੀ ਪਹੁੰਚ ਕਿਵੇਂ ਕਰਦੇ ਆ ਫਿਰ ਉਹ ਸਿੱਧੂ ਮੂਸੇ ਵਾਲਾ ਨਹੀਂ ਮੈਨੂੰ ਐਕਚੁਅਲੀ ਉਦੋਂ ਨਹੀਂ ਸੀਗਾ ਪਤਾ ਜਦੋਂ ਇਹਨਾਂ ਦਾ ਭੋਗ ਸੀਗਾ ਉਦੋਂ ਉਹਨਾਂ ਦੀ ਹੈ ਨਾ ਆਈ ਸੀਗੀ ਹੈਲਪ ਵਗੈਰਾ ਅਤੇ ਮੈਨੂੰ ਮੈਂ ਪੁੱਛਿਆ ਵੀ ਨਹੀਂ ਕਿਸੇ ਨੂੰ ਵੀ ਕਿਵੇਂ ਆਈ ਪਹੁੰਚ ਕਿਵੇਂ ਨਹੀਂ ਹਾਲਾਂਕਿ ਉਹਨਾਂ ਨੇ ਕਿਹਾ ਅਤੇ ਗਿੱਪੀ ਗਰੇਵਾਲ ਭਾਅ ਜੀ ਨੇ ਵੀ ਬਹੁਤ ਹੈਲਪ ਕੀਤੀ ਸਾਡੀ ਮੈਂ ਐਵੇਂ ਕਿਹਾ ਹੈ ਨਾ ਅਤੇ ਕਾਫੀ ਸੀਗੇ ਜਿਹਨਾਂ ਨੇ ਉਦੋਂ ਹੈਲਪ ਕੀਤੀ ਮੈਂ ਉਹੀ ਕਹਿੰਦਾ ਕਿਸੇ ਨੇ ਜ਼ਿਆਦਾ ਕੀਤੀ ਕਿਸੇ ਨੇ ਥੋੜ੍ਹੀ ਮੈਂ ਉਹਨਾਂ ਦਾ ਹਮੇਸ਼ਾ ਸ਼ੁਕਰਾਨੇ ਕਰਦੀ ਹਾਂ ਪਰ ਤੁਸੀਂ ਇੰਡਸਟਰੀ 'ਚ ਦੇਖਦੇ ਹੋ ਵੀ ਸਾਬਰ ਕੋਟੀ ਦੀ ਵਾਈਫ ਹੋ ਗਏ ਧਰਮਪ੍ਰੀਤ ਬਾਈ ਦੇ ਵਾਈਫ ਹੋ ਗਏ ਜਾਂ ਮੇਜਰ ਰਾਜਸਥਾਨੀ ਬਾਈ ਦੇ ਵਾਈਫ ਹੋ ਗਏ ਬਿੰਦ ਰੱਖੀਆ ਸਾਹਿਬ ਦੇ ਵੀ ਇਹ ਇਹ ਕਿੰਨੇ ਇੰਡਸਟਰੀ ਦੇ ਵੱਡੇ ਨਾਮ ਨੇ ਜਿਹੜੀ ਉਹਨਾਂ ਦੀ ਬਾਅਦ 'ਚ ਜ਼ਿੰਦਗੀ ਆ ਉਹਦੇ ਬਾਰੇ ਕੋਈ ਸ਼ਾਇਦ ਇੰਨਾ ਅਣਗੌਲਿਆ ਜਿਹਾ ਕਰ ਦਿੰਦੇ ਨੇ ਲੋਕ ਨਹੀਂ ਲੋਕਾਂ ਨੇ ਤਾਂ ਸਾਨੂੰ ਕਰਨਾ ਹੀ ਹੈ ਨਾ ਜਦ ਤੁਹਾਡਾ ਮੇਨ ਜਿਹੜਾ ਜਿਹਦੇ ਕਰਕੇ ਤੁਸੀਂ ਖੜੇ ਹੋ ਅੱਜ ਮੇਰਾ ਹਸਬੈਂਡ ਨਹੀਂ ਹੈ ਤਾਂ ਬਹੁਤ ਘੱਟ ਹੋ ਗਿਆ ਸਾਡਾ ਵੀ ਸਰਕਲ ਬਹੁਤ ਘੱਟ ਹੋ ਗਿਆ ਵੀ ਉਹ ਸਾਰੀਆਂ ਲੇਡੀਜ਼ ਤਾਂ ਇੱਕ ਹਿਸਾਬ ਦੀਆਂ ਇਕੱਲੀਆਂ ਜਿਨ੍ਹਾਂ ਨੇ ਇੰਨਾ ਸਟਾਰਡਮ ਦੇਖਿਆ ਹੁੰਦਾ ਆਪਣੇ ਹਸਬੈਂਡ ਦਾ ਬਿਲਕੁਲ ਪਰ ਉਹ ਬਾਅਦ ਦੇ ਵਿੱਚੋਂ ਜਿਵੇਂ ਹੁਣ ਤੁਸੀਂ ਦੱਸਿਆ ਵੀ ਹੁਣ ਉਹ ਕਾਰਾਂ ਕੋਠੀਆਂ ਤੋਂ ਹੁਣ ਲਾਈਫ ਇੱਕ ਸਕੂਟਰ ਤੱਕ ਆ ਗਈ ਬਿਲਕੁਲ ਬਿਲਕੁਲ ਨਹੀਂ ਸਕੂਟਰ ਤਾਂ ਮੇਰੇ ਕੋਲ ਉਦੋਂ ਵੀ ਸੀਗਾ ਕਿਉਂਕਿ ਗੱਡੀ ਵੀ ਰੱਖੀ ਹੈ ਬਟ ਚਲੋ ਐਂ ਹੁੰਦਾ ਵੀ ਹੁਣ ਹੈ ਨਾ ਉਹੀ ਆ ਗਈ ਨਹੀਂ ਮਤਲਬ ਇਹ ਆ ਵੀ ਉਹ ਜੇ ਗੱਡੀ ਨੂੰ ਚਲਾਉਣ ਵਾਲਾ ਹੀ ਮੇਨ ਉਹ ਹੈ ਨਹੀਂਗਾ ਡਰਾਈਵਰ ਹਾਂ ਵੀ ਜਿਹਨੇ ਦੇ ਨਾਲ ਘੁੰਮਣਾ ਸੀ ਸਫ਼ਰ ਕਰਨਾ ਸੀ ਉਹ ਇੱਕ ਐਂ ਹੁੰਦਾ ਨਾ ਵੀ ਹੁਣ ਨਹੀਂ ਲਾਈਫ ਤਾਂ ਦੇਖੋ ਮੈਂ ਲਾਈਫ ਚੇਂਜ ਹੋਈ ਆ ਬਹੁਤ ਟੋਟਲੀ ਚੇਂਜ ਹੋਈ ਇਹਨਾਂ ਦੇ ਜਾਣ ਤੋਂ ਬਾਅਦ ਹੈ ਨਾ ਬਹੁਤ ਬੱਚਿਆਂ ਨੂੰ ਵੀ ਹੁਣ ਮੈਂ ਇਹਨਾਂ ਨੂੰ ਕਹਿੰਦੀ ਵੀ ਪੁੱਤ ਸਟਰੋਂਗ ਰਹਿਣਾ ਮੈਂ ਵੀ ਠੀਕ ਹਾਂ ਚਲੋ ਥੋੜ੍ਹੀ ਜਿਹੀ ਮੈਨੂੰ ਪ੍ਰੋਬਲਮ ਸੀਗੀ ਪਰ ਹੁਣ ਮੈਂ ਠੀਕ ਹਾਂ ਅਤੇ ਮੈਂ ਕੰਮ ਵੀ ਮੈਂ ਗਾਉਂਦੀ ਵੀ ਹੁਣ ਵੀ ਮੈਨੂੰ ਕੋਈ ਪ੍ਰੋਗਰਾਮ ਆ ਜਾਵੇ ਮੈਂ ਲੈਬ ਤੋਂ ਆ ਕੇ ਮੈਨੂੰ ਕੋਈ ਤੀਆਂ ਦੇ ਪ੍ਰੋਗਰਾਮ ਸੀਗੇ ਮੈਂ ਹੁਣ ਕੀਤੇ ਆ ਲਗਾਤਾਰ ਅੱਛਾ ਅਤੇ ਮੈਨੂੰ ਬੜਾ ਅੱਛਾ ਲੱਗਿਆ ਮੈਂ ਐਂਕਰਿੰਗ ਵੀ ਕੀਤੀ ਆ ਗਾਇਆ ਵੀ ਹੈ ਅਤੇ ਕੰਮ ਵੀ ਕਹਿੰਦੀ ਮੰਮਾ ਤੁਸੀਂ ਕਰੋ ਮੈਂ ਕਿਹਾ ਪੁੱਤ ਮੈਂ ਕਰਾਂਗੀ ਮੈਨੂੰ ਕੋਈ ਉਹ ਨਹੀਂ ਕਿਤੇ ਵੀ ਮੈਨੂੰ ਕੰਮ ਮਿਲਦਾ ਹੈ ਕਦੇ ਕਦੇ ਫਿਰ ਤੁਸੀਂ ਵੀ
इस चीज़ का रब अगे जिमें आप कह दी मूँह करके गला कर दे भी मंगया हूँ तू कि तू देख इतने परिवार जिहड़े हालात चो गुजर रहा जिंदगी बहुत औखी है जिहड़ा चला गया उहदे नाल गिला की करना गिला नहीं करदी परमात्मा नाल भी कोई गिला नहीं है भी कई वारी अपने मन दे विच इक आपां अंदर जे आत्मा नाल गल्लां करदे आं भी मतलब इन्ना भार जो है ना दो पेट नहीं पता तो मैं उही कह रही भी देखो है ना भी जे मैं एवें करांगी भी हाँ मैं हुण की करांगी मैं कल्ली हो गई तां मैनूं कोई ना कोई कहण वाला हैगा है भी इह तेरे कल्ली नाल नहीं वापरिया ये दुनिया कहती है मेरे नाल हुंदा है तो वह मैं फिर मैं कहने की कोई जरूरत है जो मेरे नाल भी वापरिया तो ठीक है फिर मैं अपनी लाइफ में अपने तरीके नाल जी रही हूँ स्ट्रोंग होके बच्चे नाल है ना भी ठीक है इनकी स्टडी चल रही है वधिया तो भी उ भी एक फिर लेडी सी साड़ी कोई फ्रेंड सर्कल च मेरी जो मंगे की डेड बॉडी पई सी PGI तो वह मैं इको गल कह के गए थे कहते भी पम्मी जे तू अज डिग पी ना तू कभी खड़ी नहीं होएंगी उदो मैं इन्नी बीमार सी तो तुसी मनोगे उदो मैं वाकई चलो चले गए भी हूँ एक कहती चला गया जान वाला कहते जे तू अज डिग पी ना तेरे बच्चे ने रुल जाना कहते किसी ने नहीं पुछना तो उदो मैनू भी एवं एक टाइम मैं एवं लग्या भी जो इन्हों लेके जा रहे हैं या उत्थे घरे जिहड़े आखिरी समय जिहड़े अपने संस्कार होंदे उह कर रहे हैं तो मैं लगता सीगा भी मेरी बॉडी मेरा साथ नहीं दे रही पर तुसी मनोगे भी मैं इवें लगता सीगा मैंने परमात्मा ने मेरी बांह फड़ के रखी भी तू खड़ी रहे भी तू डिगना नहीं है उस टाइम एवं लगता सीगा भी मैं पर बेटी भी नाल सीगा उदों छोटी वाली बेटी नूं तां नहीं सीगा पता उन्हें तो अपने प्यो का देखा भी नहीं उन्होंने जबरदस्ती दिखाया भी है ना भी मूँह वह चलो डरी बहुत गई सी तो ये चलो थोड़ी बहुत ही सी मैं डिगी नहीं मैं फिर सीगा भी चलो क्या पम्मी हुण भी रूह तो फिर लगता है मेरी रूह नाल है भी शरीर ही छड़ गया कोई ना है ना एक्चुअली थोड़े पता कि जो आप बहते हैं ना कि भी मैं कि कहाँ भी चलो कित भी आप चंगी जगह बहने गुरुद्वारे मंदिर कितने भी चलो थोड़ा पॉजिटिविटी थोड़ी बॉडी आँदी है वो मेरी बॉडी सेगी शुरू तो ही पॉजिटिविटी ने मैं बचा के रखा अच्छा मैं एवं कह सकती भी मैं पॉजिटिविटी ने बहुत बचा के रखा ता ही मैं खुश रहनी हाँ बच्चों नाल है ना भी चलो जिहड़ा दुख है ना मेरी वो पार्ट हैगा साडी जिंदगी च उह असीं दिखाणा नहीं चाहुंदे किसे नूं जे तां दिखा के असीं लेना भी नहीं चाहुंदे सी किसे तों कुछ अच्छा मैनूं हुण किन्ने इंटरव्यू होई साडी पहलां मैनूं बहुत फोन आउंदे आ मैं उहनां नूं उह कहिंदे असीं तुहाडे नाल आ तुहाडे बच्चिआं दे नाल वी उत्थे ना साणूं तुहाडी इंटरव्यू बड़ी वधिया लगी मैं कहा जी थैंक यू भी शुक्रिया तुसीं इन्ना मंगी नूं अज वी प्यार करदे हो मैं कहा बस मेरे बच्चिआं नूं दुआवां ही दिया करो अच्छा भी तुसीं पैसे वगैरह दा कोई कदी वी लोक तां बहुत कुछ कहिंदे आ होया इंसीडेंट एक दो कहते भी मंगे की वाइफ सब तो पैसे लेके गई किसी ने किसी को कोई लेडी होर ही ले गई मेरा नाम लेके अच्छा तो वह मैंने पता भी है भी कौन लेके आई है वह कहते सी उन्होंने इतने दसिया फोन इंडस्ट्री तो लेके आई हाँ जी इंडस्ट्री दे किसी बिल्कुल फिर तुम्हें पता लग गया बिल्कुल वो चीज़ें तो तंग करती हैं वो फिर मैंने पता चल फिर मैं क्या मैं फोन भी नहीं किया उन्होंने एक्चुअली मैं सफाई नहीं दिंदी बट मैं पता लग गया फिर मैं किसी इंटरव्यू दीदी वाली इंटरव्यू मैं क्या बिंदु दीदी ने मेरी इंटरव्यू ली सी मैं क्या भी मैं किसी तो कोई पैसा नहीं लिया एक भी पैसा मैं मैं किसी की दवादार नहीं है पैसे की मैंने किसी ने दिता हो ना जो हंडाया आप ही जिंदगी बिल्कुल हंडा रही हाँ अपनी वो ठीक आ देखो मैं नहीं कहती भी मेरे बच्चों की हेल्प नहीं की भोग तो काफ़ी जो आए सिंगर उदो हो है ना बच्चों का जोड़ा होया मैं इन्हों सब पता मैं कभी बच्चों तो कुछ लुको के नहीं रखती है ना की आ खड़ गए नाल मैं उन्होंने भी शुक्रिया किया ना बाद ची अपनी जिंदगी बिजी हो गया से अपनी जिंदगी चल रहे ठीक आ मैं अजोगी थोड़ी गल भी अथों इतें आ गए कोई गल नहीं इतों फिर चलन लग गए हौली हौली जाए भी किसी समय पिंड उठ के आए बिल्कुल कोई ना आप भी असं उठा कोई गल बेटी कहने भी स्ट्रोंग बन पुत्र असं कम करना है।